In the day of the night.
جاگدی جوت حاضر حضور کلیوگ دے بہت کھنڈاں پرکھنڈاں دے مالک گرگدی دے براجمان ساڈی غریباں دی لاجپت رکھن والے ستگرو ساڈے ساریاں دے پردے ٹکن والے ستگرو ਸਾਡੀ ਸਭਨਾ ਦੀ ਝੋਲੀ ਭਰਨ ਵਾਲੇ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਵਿੱਤਰ ਗੋਦ ਵਿੱਚ ਜੁੜ ਬੈਠੇ ਹਾਂ ਸਾਰੀ ਸੰਗਤ ਰਸਨਾ ਪੁੱਤਰ ਕਰੋ ਗੱਜ ਕੇ ਆਖੋ ਜੀ ਸਤਨਾਮ ਕੀਰਤਨ ਰਾਹੀਂ ਤਰਲੇ ਪਾ ਰਹੇ ਸਨ ਹਉਂ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ ਕਬ ਗਲ ਲਾਵੇ ਕੀਰਤਨ ਦੋ ਤਰ੍ਹਾਂ ਦਾ ਹੁੰਦਾ ਇੱਕ ਹੁੰਦਾ ਉਪਦੇਸ਼ ਵਾਲਾ ਕੀਰਤਨ ਇੱਕ ਹੁੰਦਾ ਬੇਨਤੀ ਰੂਪ ਦੇ ਵਿੱਚ ਜਿਹੜਾ ਸਤਿਗੁਰ ਨਾਲ ਗੱਲਾਂ ਕਰਾਉਂਦਾ ਹੈ ਆਖੋ ਵਾਹਿਗੁਰੂ ਸਾਰੇ ਆਖੋ ਜੀ ਵਾਹਿਗੁਰੂ ਜਦੋਂ ਤਰਲੇ ਰੂਪ ਚ ਬਾਣੀ ਪੜ੍ਹੀ ਜਾਵੇ ਬੇਨਤੀਆਂ ਦੇ ਵਿੱਚ ਫਿਰ ਗੱਲਾਂ ਹੁੰਦੀਆਂ ਗੁਰੂ ਪਹਿਲੀ ਗੱਲ ਨੂੰ ਸਮਝਣਾ ਕੀਰਤਨ ਗਾਇਕੀ ਦਾ ਵਿਸ਼ਾ ਨਹੀਂ ਹੈਗਾ ਕੀਰਤਨ ਭਗਤੀ ਦਾ ਵਿਸ਼ਾ ਹੈ ਆਖੋ ਇਹ ਭਗਤੀ ਦਾ ਸਾਧਨ ਜਿਵੇਂ ਪਰਸੋਂ ਦੀ ਬੇਨਤੀ ਕੀਤੀ ਸੀ ਮਹਾਰਾਜ ਜੀ ਨੇ ਦਾਤ ਸਾਨੂੰ ਦਿੱਤੀ ਬਲ ਥੋੜਾ ਲੱਗਦਾ ਫਲ ਜ਼ਿਆਦਾ ਮਿਲਦਾ ਕੀਰਤਨ ਕਲਯੁਗ ਮੈਂ ਕੀਰਤਨ ਪ੍ਰਧਾਨਾ ਇਹ ਪ੍ਰਧਾਨ ਭਗਤੀ ਕੋਈ ਗੁਟਕਾ ਲੈ ਕੇ ਬਾਣੀ ਪੜੇ ਉਹ ਵੀ ਭਗਤੀ ਹੋ ਰਹੀ ਹੈ ਕੋਈ ਜੋਰ ਸਾਹਿਬ ਕਰ ਰਹੇ ਉਹ ਵੀ ਭਗਤੀ ਦਾ ਵਿਸ਼ਾ ਕੋਈ ਸਹਿਜ ਪਾਠ ਕਰ ਰਹੇ ਹੈ ਕੋਈ ਸਿਮਰਨ ਕਰ ਰਹੇ ਹੈ ਸਭ ਭਗਤੀ ਦੇ ਅੰਗ ਨੇ ਔਰ ਸਭ ਤੋਂ ਸ਼੍ਰੋਮਣੀ ਭਗਤੀ ਹੈ ਪ੍ਰਧਾਨ ਭਗਤੀ ਕੀਰਤਨ ਆਖੋ ਆਪਾਂ ਗੁਟਕਾ ਲੈ ਕੇ ਬਾਣੀ ਪੜਾਂਗੇ ਤੁਸੀਂ ਸੋਚੋਗੇ ਵੀ ਮੈਂ ਦੋ ਪਾਠ ਸਮਈ ਸਾਹਿਬ ਦੇ ਕਰਨੇ ਹੈ ਅਜੇ ਛੇ ਅਸ਼ਟਪਦੀਆਂ ਹੋਈਆਂ ਹੋਣਗੀਆਂ ਮਨ ਕਾਲਾ ਪੈਣਾ ਸ਼ੁਰੂ ਹੋ ਜਾਏਗਾ ਚਿੱਤ ਲੱਗੇਗਾ ਹੀ ਤੁਹਾਨੂੰ ਜ਼ਰੂਰੀ ਕੰਮ ਚੇਤੇ ਆਉਣ ਲੱਗ ਪੈਣੀ ਦਿਲ ਕਰੇਗਾ ਬਾਕੀ ਬਾਅਦ ਚੋਂ ਕਰ ਲਾਂਗੇ ਪਹਿਲੇ ਆਹ ਕੰਮ ਕਰ ਲਾ ਔਖਾ ਹੋ ਜਾਂਦਾ ਕਈ ਵਾਰੀ ਅੱਧਾ ਘੰਟਾ ਵੀ ਪੈਣਾ ਆਖੋ ਆ ਕਲਯੁਗ ਮੈਂ ਕੀਰਤਨ ਪ੍ਰਧਾਨਾ ਇਹਨੂੰ ਪ੍ਰਧਾਨ ਭਗਤੀ ਕਿਉਂ ਕਹਿੰਦੇ ਨੇ ਕਹਿੰਦੇ ਬੰਦਾ ਸੋਚਦਾ ਵੀ ਮੈਂ ਅੱਧਾ ਘੰਟਾ ਬੈਠਾਂਗਾ ਫਿਰ ਚਲੇ ਜਾਵਾਂਗਾ ਜ਼ਰੂਰੀ ਕੰਮ ਨਹੀਂ ਪਰ ਜਿਵੇਂ ਮੋਲੇ ਧਾਰ ਮੀਂਹ ਹੁੰਦਾ ਨਾ ਮੀਂਹ ਮੋਲੇ ਧਾਰ ਕੀਰਤਨ ਐਸਾ ਮੋਲੇ ਧਾਰ ਮੀਂਹ ਹੈ ਸੋਚ ਕੇ ਬੈਠਦਾ ਦਸ ਮਿੰਟ ਬੈਠਣਾ ਅੱਧਾ ਘੰਟਾ ਕਦੋਂ ਢਾਈ ਘੰਟੇ ਲੰਘ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਆਖੋ ਜਿੱਦ ਕਰਦਾ ਹੀ ਉੱਠ ਜਦੋਂ ਇਹਨੂੰ ਰਾਤਾਂ ਚ ਮੇਲ ਕੇ ਸਾਜਾਂ ਨਾਲ ਗਾਈ ਜਾਂਦੀ ਹੈ ਨਾ ਬਾਣੀ ਬਾਣੀ ਮਿੱਠੀ ਲੱਗਦੀ ਹੈ ਫਿਰ ਆਖੋ ਸੋ ਇਸ ਲਈ
ਅੱਜ ਜਿਹੜਾ ਹੁਣ ਤਰਲੇ ਰੂਪ ਚ ਕੀਰਤਨ ਕਰ ਰਹੇ ਸਾਂ ਕੱਪ ਗੱਲ ਲਾ ਰਹੇ ਤੁਸੀਂ ਇੱਕ ਨਾਂ ਸੁਣਿਆ ਹੈਗਾ ਰਵਿੰਦਰ ਨਾਥ ਟੈਗੋਰ ਬੰਗਾਲ ਵਾਲੇ ਪਾਸੇ ਉੱਧਰ ਮੰਤਰੀ ਵੀ ਰਹੇ ਹੈ ਬੜੀ ਦੇਰ ਵੀ ਸੀ ਦੇਸ਼ ਨੂੰ ਪਰ ਰਵਿੰਦਰ ਨਾਥ ਟੈਗੋਰ ਨਾਲ ਅਧਿਆਤਮਕ ਵੀ ਸਨ ਭਗਤੀ ਕਰਦੇ ਸੀ ਨਾਲ ਪੋਲੀਟਿਕਸ ਵੀ ਸੀ ਇਹ ਰਵਿੰਦਰ ਨਾਥ ਟੈਗੋਰ ਇੱਕ ਵਾਰੀ ਅੰਮ੍ਰਿਤਸਰ ਆਏ ਦੌਰੇ ਤੇ ਸਿਆਸੀ ਦੌਰਾ ਸੀ ਅੰਮ੍ਰਿਤਸਰ ਦਾ ਤੁਹਾਨੂੰ ਪਤਾ ਜਿਹੜਾ ਫਿਰ ਸਿਆਸੀ ਦੌਰੇ ਤੇ ਆਉਂਦਾ ਹੈ ਪੋਲੀਟੀਕਲ ਉਹ ਨਾਲ ਹਰਿਮੰਦਰ ਸਾਹਿਬ ਦੁਰਗਿਆਣਾ ਮੰਦਰ ਤੇ ਨਾਲ ਜਲਿਆ ਵਾਲੇ ਬਾਗ ਉਦੋਂ ਇਹ ਤਿੰਨ ਚੀਜ਼ਾਂ ਕੰਪਲਸਰੀ ਹੁੰਦੀਆਂ ਸੀ ਜਿਹੜਾ ਵੀ ਲੀਡਰ ਆਉਂਦਾ ਸੀ ਨਾ ਵੱਡਾ ਬੰਦਾ ਉਹਨੇ ਤਿੰਨਾਂ ਜਗ੍ਹਾ ਤੇ ਜਾਣਾ ਹੈ ਤੇ ਜਿਹੜੇ ਵੱਡੇ ਬੰਦੇ ਹੁੰਦੇ ਉਹਨਾਂ ਦੇ ਸ਼ਡਿਊਲ ਬਣੇ ਹੁੰਦੇ ਇਹ ਘੰਟਾ ਮੀਟਿੰਗ ਹੋਏਗੀ ਉੱਥੋਂ ਅੱਧੇ ਘੰਟੇ ਦਾ ਮੈਸੇਜ ਰਸਤਾ ਹੈ ਫਿਰ ਅਗਲੀ ਜਗ੍ਹਾ ਦੋ ਘੰਟੇ ਦੀ ਸਿਟਿੰਗ ਹੈ ਫਿਰ ਫਲਾਣੇ ਨਾਲ ਮੀਟਿੰਗ ਹੈ ਇਹ ਰਵਿੰਦਰ ਨਾਥ ਟੈਗੋਰ ਜੀ ਦਰਬਾਰ ਸਾਹਿਬ ਆਏ ਤੇ ਜਦੋਂ ਦਰਬਾਰ ਸਾਹਿਬ ਆਏ ਤੇ ਰਾਗੀਆਂ ਦੇ ਮਗਰ ਬਹਿ ਕੇ ਕੀਰਤਨ ਸੁਣਾ ਪੁਰਾਣਾ ਗੀਤਰ ਕਹਿੰਦੇ ਉਸ ਵੇਲੇ ਕੁਦਰਤੀ ਰਾਗੀ ਜਿਹੜੇ ਸ਼ਬਦ ਪੜ ਰਹੇ ਸਨ ਉਹ ਸਾਰੇ ਸ਼ਬਦ ਗੁਰੂ ਰਾਮਦਾਸ ਜੀ ਵਾਲੇ ਸਨ ਵੈਰਾਗ ਵਾਲੇ ਗੁਰੂ ਰਾਮਦਾਸ ਜੀ ਦੀ ਸਾਰੀ ਬਾਣੀ ਵੈਰਾਗ ਵਾਲੀ ਹੁਣ ਰਹਿ ਨਾ ਸਕਾ ਬਿਨ ਦੇਖੇ ਪ੍ਰੀਤਮਾ ਮੈਂ ਨੀਲ ਵਹੇ ਮੈਂ ਚੱਲੇ ਹਰ ਬਿਨ ਰਹਿ ਨਾ ਸਕੂ ਦਿਨ ਰਾਤੀ ਹੁਣ ਇੱਕ ਤੇ ਹਰਿਮੰਦਰ ਸਾਹਿਬ ਦੀ ਧਰਤੀ ਅਸਥਾਨ ਇੱਕ ਕੀਰਤਨ ਹੋ ਰਿਹਾ ਹੋਵੇ ਤੇ ਜਿਹੜਾ ਜੁੜਿਆ ਬੰਦਾ ਉਹਨੂੰ ਤੇ ਬਸ ਫਿਰ ਗਰੰਟੀ ਚਾਹੀਦਾ ਹੈ ਅੱਖ ਉਹਦੀ ਲਿਵ ਲੱਗ ਜਾਂਦੀ ਹੁਣ ਗੌਰ ਸੁਣਿਓ ਕਹਿੰਦੇ ਐਸੀ ਲਿਵ ਲੱਗੀ ਐਸੀ ਲਿਵ ਲੱਗੀ ਐਸਾ ਰਾਸਤਾ ਆ ਕਹਿੰਦੇ ਰਵਿੰਦਰ ਨਾਥ ਟੈਗੋਰ ਦੀ ਇੱਕਦਮ ਸਮਾਧੀ ਖੁੱਲੀ ਇਹ ਆਪਣੇ ਖੱਬੇ ਹੱਥ ਪੀਏ ਬੈਠਾ ਸੀ ਉਹਨੂੰ ਪੁੱਛਦੇ ਆ ਕਿ ਸਾਡਾ ਕਿੰਨਾ ਸ਼ਡਿਊਲ ਸੀ ਉੱਧਰ ਬੈਠਣ ਦਾ ਆਖੋ ਆਏ ਆ ਚੀਜ਼ ਦਾ ਟੈਂਟਰ ਵੀ ਬਣਿਆ ਹੁੰਦਾ ਸਿਆਸੀ ਬੰਦਿਆਂ ਦਾ ਅੱਗੋਂ ਪੀਏ ਕਹਿੰਦੇ ਜੀ 20 ਮਿੰਟ ਬਹਿਣਾ ਸੀ ਪਰ ਡੇਢ ਘੰਟੇ ਦੇ ਉੱਤੇ ਹੋ ਗਿਆ ਆਖੋ ਆਏ ਤੇਰੀਆਂ ਅੱਖਾਂ ਜੁੜੀਆਂ ਸੀ ਇਸੇ ਦਿਨ ਉਠਾਇਆ ਵੀਹ ਘੰਟੇ ਦਾ ਸ਼ਡਿਊਲ ਸੀ ਪਰ ਡੇਢ ਘੰਟੇ ਦੇ ਉੱਤੇ ਹੋ ਗਿਆ ਟਾਈਮ ਕੀਰਤਨ ਦੀ ਗੱਲ ਕਰ ਰਿਹਾ ਤੇ ਅੱਗੋਂ ਰਵਿੰਦਰ ਨਾਥ ਟੈਗੋਰ ਪਤਾ ਕੀ ਕਹਿੰਦੇ ਤਿੰਨ ਦਿਨ ਦਾ ਦੌਰਾ ਸੀ ਇਹ ਪਹਿਲਾ ਦਿਨ ਸੀ ਦੋ ਦਿਨ ਹਜੇ ਅੰਮ੍ਰਿਤਸਰ ਪਏ ਸੀ ਤੇ ਰਵਿੰਦਰ ਨਾਥ ਟੈਗੋਰ ਆਪਣੇ ਪੀਏ ਨੂੰ ਪਤਾ ਕੀ ਕਹਿੰਦੇ ਕਹਿੰਦੇ ਇੱਕ ਕੰਮ ਕਰ ਬਾਹਰ ਜਾ ਤਿੰਨ ਦਿਨ ਦੇ ਅੱਧਾ ਦੇ ਲੰਘ ਗਿਆ ਢਾਈ ਦਿਨ ਜਿਹੜੇ ਪਏ ਨਾ ਸਾਰੇ ਸ਼ਡਿਊਲ ਕੈਂਸਲ ਕਰਦੇ ਆਖੋ ਸਾਰੇ ਆਖੋ ਜੀ ਢਾਈ ਦਿਨ ਜਿਹੜੇ ਬਾਕੀ ਨੇ ਸਾਰੇ ਸ਼ਡਿਊਲ ਕੈਂਸਲ ਕਰਦੇ ਇਹ ਤਿੰਨ ਦਿਨ ਮੈਂ ਹੁਣ ਇੱਥੋਂ ਉੱਠਣਾ ਨਹੀਂ ਹੈਗਾ ਕੀਰਤਨ ਦਾ ਰਸ ਲੈਣਾ ਦੁਬਾਰਾ ਪਲੈਨ ਕਰਾਂਗੇ ਸਿਆਸੀ ਸ਼ਡਿਊਲ ਦੁਬਾਰਾ ਬਣਾਵਾਂਗੇ ਬਾਕੀ ਕੰਮ ਅਗਲੇ ਚੱਕਰਾਂ 'ਚ ਹੋਣਗੇ ਆਖੋ ਤਿੰਨ ਦਿਨ ਰਵਿੰਦਰ ਨਾਥ ਟੈਗੋਰ ਦਾ ਕਿਉਂਕਿ ਰਿਕਾਰਡ ਹੈ GPC ਵਿੱਚ ਤਿੰਨ ਦਿਨ ਉਹਨਾਂ ਨੇ ਉੱਥੇ ਚੌਂਕੜਾ ਮਾਰ ਕੇ ਕੀਰਤਨ ਸੁਣਿਆ ਤੇ ਤਿੰਨਾਂ ਦਿਨਾਂ ਬਾਅਦ ਜਦੋਂ ਜਾਣ ਲੱਗੇ ਤਾਂ ਜਿਹੜੀ ਵਿਸਤਰ ਬੁੱਕ ਲਗਾਈ ਹੁੰਦੀ ਨਾ ਉਹਦੇ 'ਚ ਆਪਣੇ ਵੀ ਉਹਨਾਂ ਨੇ ਪਤਾ ਕੀ ਲਿਖੇ ਕਹਿੰਦਾ ਆਇਆ ਸਾਂ 20 ਮਿੰਟ ਵਾਸਤੇ ਪਰ ਤਿੰਨ ਦਿਨ ਇੱਥੋਂ ਹਿੱਲ ਨਹੀਂ ਸਕਿਆ ਐਸਾ ਰਸ ਆਇਆ ਕੀਰਤਨ ਦਾ ਹੁਣ ਵੀ ਕਹਿੰਦੇ ਮੈਂ ਸਰੀਰ ਮੇਰਾ ਜਾ ਰਿਹਾ ਆਤਮਾ ਨੂੰ ਇੱਥੇ ਛੱਡ ਕੇ ਜਾ ਰਿਹਾ ਵਾ ਆਖੋ ਸਾਰੇ ਆਖੋ ਜੀ ਕਲਯੁਗ ਮੈਂ ਕੀਰਤਨ ਪ੍ਰਧਾਨ ਆ ਇਹ ਅਸੀਂ ਪ੍ਰਧਾਨ ਬਣ ਤੇ ਮੈਂ ਬੇਨਤੀ ਕਰ ਰਿਹਾ ਸੀ
ਆਪਾਂ ਕਰ ਲਿਆ ਵਾਲਾ ਕੀਰਤਨ ਕਰਦੇ ਸਨ ਪ੍ਰਭ ਕੀ ਜੇ ਕਿਰਪਾ ਨਿਧਾਨ ਹਮ ਹਰ ਗੁਣ ਗਾਵੇਂਗੇ ਇਹ ਗੁਰੂ ਨਾਲ ਗੱਲਾਂ ਹੁੰਦੀਆਂ ਤੁਸੀਂ ਭਾਵਨਾ ਬਣਾਓ ਦਸ ਪਾਤਸ਼ਾਹੀਆਂ ਦੇਖੀਏ ਜਿਹਦੇ ਤੇ ਪਿਆਰ ਹੈ ਉਹਨਾਂ ਦੇ ਚਰਨ ਹਿਰਦੇ ਚ ਵਸਾਓ ਤੇ ਭਾਵਨਾ ਬਣਾਓ ਮੈਂ ਕਲਗੀਆਂ ਵਾਲੇ ਨੂੰ ਕਹਿ ਰਹੀ ਹਾਂ ਤਬ ਗੱਲ ਲਾਵੇ ਮਾਰੇ ਲਾਉਂਦੇ ਆ ਫਿਰ ਤੇ ਹੁਣ ਗੌਰ ਕਰਿਓ ਹੁਣ ਇੱਕ ਪੁਆਇੰਟ ਨੋਟ ਕਰਨਾ ਕਈ ਸਮਝਣਗੇ ਵੀ ਜਿਹੜਾ ਆਪਾਂ ਪੰਕਤੀਆਂ ਪੜ੍ਹ ਰਹੇ ਹਾਂ ਨਾ ਕੱਪ ਗੱਲ ਲਾਵੇਂਗੇ ਹੁਣੇ ਮਹਾਰਾਜ ਜੀ ਉੱਠਣਗੇ ਹੁਣੇ ਮੈਨੂੰ ਬੈਠੀ ਨੂੰ ਉਠਾਣਗੇ ਮੈਨੂੰ ਉਠਾ ਕੇ ਪਾਤਸ਼ਾਹ ਮੈਨੂੰ ਗੱਲ ਗੱਲ ਲਾਣਗੇ ਆਖੋ ਆਏ ਇਹ ਬੜੀ ਉੱਚੀ ਭਾਵਨਾ ਹੈ ਕਿ ਏਦਾਂ ਵੀ ਗੱਲ ਨਾਲ ਲਾਣ ਪਰ ਜ਼ਰੂਰੀ ਨਹੀਂ ਹੁੰਦਾ ਵੀ ਇਹਦਾ ਮਤਲਬ ਇਹੀ ਹੈ ਆਖੋ ਆਏ ਸਾਰੇ ਆਖੋ ਜੀ ਇਹ ਬੜੀ ਵੱਡੀ ਮਸਤਾ ਹੈ ਕਿ ਸੱਚੇ ਪਾਤਸ਼ਾਹ ਜੀ ਮੈਨੂੰ ਉਠਾਣ ਮੈਨੂੰ ਗਲੇ ਨਾ ਲਾਣ ਮਹਾਂਪੁਰ ਕਹਿੰਦੇ ਸਨ ਇਹਦੇ ਹੋਰ ਵੀ ਅਰਥ ਜ਼ਰੂਰੀ ਨਹੀਂ ਵੀ ਸੱਚੇ ਪਾਤਸ਼ਾਹ ਜੀ ਤੁਹਾਨੂੰ ਉਠਾ ਕੇ ਗਲੇ ਨਾ ਲਾਣਗੇ ਤੇ ਤਾਂ ਗੱਲ ਨਾਲ ਲਾਣਾ ਬਣਦਾ ਗੱਲ ਨਾਲ ਉਹਨੇ ਲਾਇਆ ਕਿ ਨਹੀਂ ਲਾਇਆ ਇਹਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਆਖੋ ਗੱਲ ਨੂੰ ਸਮਝ ਲਓ ਉਹ ਕਿਹੜੀਆਂ ਨਿਸ਼ਾਨੀਆਂ 20-22 ਮਿੰਟ ਮੇਰੇ ਬਾਕੀ ਨੇ ਇੱਕ ਜਾਂ ਦੋ ਜਾਂ ਤਿੰਨ ਜਿਹੜੀਆਂ ਨਿਸ਼ਾਨੀਆਂ ਮਹਾਰਾਜ ਦੀ ਸੇਵਾ ਲੈ ਤੁਹਾਨੂੰ ਕਿਵੇਂ ਪਤਾ ਲੱਗੇਗਾ ਮੈਨੂੰ ਗਲੇ ਨਾਲ ਲਾਇਆ ਅਸੀਂ ਆਪੋ ਆਪਣੇ ਤਾਂ ਸਾਰੇ ਕਹਾਂਗੇ ਵੀ ਮੈਨੂੰ ਮਹਾਰਾਜ ਜੀ ਨੇ ਗਲੇ ਨਾਲ ਲਾਇਆ ਹੋਇਆ ਨਹੀਂ ਜਦ ਨਿਸ਼ਾਨੀਆਂ ਹੁੰਦੀਆਂ ਮਹਾਂਪੁਰ ਕਹਿੰਦੇ ਉਹ ਨਿਸ਼ਾਨੀਆਂ ਆਪਣੇ ਅੰਦਰ ਚੈੱਕ ਕਰ ਵੀ ਆਹ ਦਾਤ ਮੈਨੂੰ ਬਾਬੇ ਨੇ ਦਿੱਤੀ ਜੇ ਇਹ ਦਾਤ ਮੈਨੂੰ ਦਿੱਤੀ ਹੈ ਤੇ ਸਮਝ ਮੈਨੂੰ ਗੱਲ ਨਾਲ ਲਾਇਆ ਜੇ ਨਹੀਂ ਦਿੱਤੀ ਤੇ ਅੱਜ ਤਰਲਾ ਪਾ ਆਖੋ ਸਾਰੇ ਆਖੋ ਜੀ ਵੀ ਸੱਚੇ ਪਾਤਸ਼ਾਹ ਗੱਲ ਨਾਲ ਲਾਓ ਪਹਿਲੀ ਨਿਸ਼ਾਨੀ ਕਿਹੜੀ ਕਹਿੰਦੇ ਜੇ ਸੱਚੇ ਪਾਤਸ਼ਾਹ ਨੇ ਗੱਲ ਨਾਲ ਲਾਇਆ ਕਿ ਨਹੀਂ ਲਾਇਆ ਸਾਨੂੰ ਕਿਵੇਂ ਪਤਾ ਲੱਗੇਗਾ ਤੇ ਸੰਗਤ ਜੀ ਸੁਣਿਆ ਮਹਾਂਪੁਰਸ਼ ਕਹਿੰਦੇ ਜਿਹਨੂੰ ਗੁਰੂ ਗਲੇ ਨਾਲ ਲਾ ਲੈਂਦਾ ਨਾ ਉਹਦੇ ਅੰਦਰੋਂ ਮੈਂ ਮਾਰ ਦਿੰਦਾ ਆਖੋ ਸਾਰੇ ਆਖੋ ਜੀ ਉਹਦੀ ਹਉਮੈ ਮਰ ਜਾਂਦੀ ਤੇ ਜੇ ਹਉਮੈ ਨਹੀਂ ਮਰੀ ਫਿਰ ਸਮਝ ਲੈ ਵੀ ਮੈਂ ਆਨਾ ਪਿਆ ਵਾਂ ਸੰਗਤ ਪਰ ਹਜੇ ਮੰਜ਼ਿਲ ਦੂਰ ਏ ਆਖੋ ਭਾਈ ਜਿਹਨੂੰ ਗੱਲ ਨਾਲ ਲਾ ਲਵੇ ਉਹਨੂੰ ਨਿਮਾਣਾਪਣ ਦੇ ਦਿੰਦਾ ਉਹਦੀ ਝੋਲੀ ਚ ਨਿਮਰਤਾ ਦੀ ਦਾਤ ਪਾ ਦਿੰਦਾ ਕਿਉਂਕਿ ਮਹਾਂਪੁਰਸ਼ਾਂ ਦੇ ਬਚਣ ਗਏ ਜਿੱਦਾਂ ਆਪਾਂ ਸਕੂਲ ਚ ਬੱਚਿਆਂ ਨੂੰ ਪਾਉਂਦੇ ਹਾਂ ਨਾ UKG LKG ਨਰਸਰੀ ਕਲਾਸਾਂ ਹੁੰਦੀਆਂ ਤੇ ਗੁਰੂ ਨਾਨਕ ਦੇ ਸਕੂਲ ਦੀ ਪਹਿਲੀ ਕਲਾਸ ਹੀ ਨਿਮਰਤਾ ਦੀ ਆਖੋ ਸੰਤ ਤਸਨ ਜੀ ਮਸਤੂਮਾਨ ਵਾਲੇ ਨੇ ਕਿਹਾ ਸੀ ਸੰਤ ਤਸਨ ਜੀ ਮਸਤੂਮਾਨ ਵਾਲੇ ਕਦੇ ਆਪਣੇ ਸੰਗੀਆਂ ਨਾਲ ਬੈਠੇ ਤੇ ਕਹਿੰਦੇ ਦੱਸੋ ਗੁਰੂ ਨਾਨਕ ਦੀ ਪਹਿਲੀ ਕਲਾਸ ਕਿਹੜੀ ਹੈ ਤੇ ਆਖਰੀ ਕਿਹੜੀ ਤੇ ਉਹਨਾਂ ਦੇ ਸੇਵਾਦਾਰ ਸਨ ਸੰਤ ਤੇਜਾ ਸਿੰਘ ਜਿਹਨਾਂ ਨੂੰ ਬਾਅਦ ਚੋਂ ਸੇਵਾ ਮਿਲੀ ਉਦੋਂ ਸੇਵਾ ਚ ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਸਮਾਪਤ ਦੇ ਦਿਓ ਤੇ ਸੰਤ ਅਤਰ ਸਿੰਘ ਦੀ ਮਸਤੂਮਾਨ ਵਾਲੇ ਕਹਿੰਦੇ ਫਿਰ ਸੁਣੋ ਸਿੱਖੀ ਦੇ ਸਕੂਲ ਦੀ ਪਹਿਲੀ ਕਲਾਸ ਉਹ ਜੀ ਨਿਮਰਤਾ ਆਖੋ ਸਾਰੇ ਆਖੋ ਜੀ ਕੋਈ ਕਹੇਗਾ ਮੈਨੂੰ 20 ਸਾਲ ਹੋ ਗਏ ਜੀ ਮੈਂ ਸੰਗਤ ਕਰਦਿਆਂ ਕੋਈ ਕਹੇਗਾ ਮੈਨੂੰ 10 ਸਾਲ ਹੋ ਗਏ ਕੋਈ ਕਹੇਗਾ ਮੈਂ 2 ਸਾਲ ਤੋਂ ਜੁੜਿਆ ਗੁੱਸਾ ਨਾ ਕਰਿਓ ਕਈਆਂ ਦੀ ਸਾਰੀ ਉਮਰ ਹੀ ਲੰਘ ਜਾਂਦੀ ਹੈ 80-80 90-90 ਸਾਲ ਦੇ ਹੋ ਜਾਂਦੇ ਆ ਅਸੀਂ ਵੇਖਦੇ ਹਾਂ ਪਰ ਨਿਮਰਤਾ ਦੀ ਪੌੜੀ ਚੜੇ ਨਹੀਂ ਹੁੰਦੇ ਸਮਝ ਲਓ ਹਜੇ ਬਾਬੇ ਨੇ ਗੱਲ ਨਾਲ ਨਹੀਂ ਲਾਇਆ ਆਖੋ
ਸਾਰੇ ਆਖੋ ਜੀ ਵਾਹਿਗੁਰੂ ਅਈਆਂ ਨੂੰ 6 ਮਹੀਨੇ ਨਹੀਂ ਹੋਏ ਹੁੰਦੇ ਉਹ ਪੋੜੀ ਚੜੇ ਹੁੰਦੇ ਸੰਤ ਤੇਜਾ ਸਿੰਘ ਜੀ ਨੇ ਫਿਰ ਕਿਹਾ ਮਹਾਂਪੁਰਖਾਂ ਨੇ ਕਿਹਾ ਪਹਿਲੀ ਕਲਾਸ ਨਿਮਰਤਾ ਮਨ ਨੂੰ ਮਾਰ ਕੇ ਰੱਖਣਾ ਹੋਵੇ ਨਹੀਂ ਕਰਨੀ ਤੇ ਬਾਅਦ ਚ ਸੰਤਾਂ ਨੇ ਕਿਹਾ ਵੀ ਹੁਣ ਤੁਸੀਂ ਦੱਸੋ ਖੀਰਲੀ ਕਲਾਸ ਕਿਹੜੀ ਸੰਤ ਤੇਜਾ ਸਿੰਘ ਜੀ ਕਹਿੰਦੇ ਬਾਬਾ ਜੀ ਤੁਸੀਂ ਦੱਸੋ ਕਹਿੰਦੇ ਮੈਂ ਪਹਿਲੀ ਵੀ ਮੈਂ ਦੱਸਾਂ ਆਖਰੀ ਵੀ ਮੈਂ ਦੱਸਾਂ ਹੁਣ ਉਹ ਜੋਤੀ ਵਾਲੇ ਸੀ ਸੰਤ ਤੇਜਾ ਦੇ ਕਹਿੰਦੇ ਬਾਬਾ ਜੀ ਤੁਸੀਂ ਵੱਡੇ ਹੋ ਤੁਸੀਂ ਸਮਝ ਫਿਰ ਮਹਾਂਪੁਰਖਾਂ ਨੇ ਕਿਹਾ ਖੀਰਲੀ ਕਲਾਸ ਭਾਣਾ ਮੰਨਣਾ ਰੱਖੋ ਸਾਰੇ ਆਖੋ ਜੀ ਸਾਰੇ ਭਾਣਾ ਨਹੀਂ ਮੰਨ ਸਕਦੇ ਸੋ ਸਿੱਖ ਸਖਾ ਬੰਧਪ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ ਆ ਕੋਈ ਕੋਈ ਚੜਦਾ ਪਰ ਪਹਿਲੀ ਵਸਤਾਂ ਜ਼ਰੂਰ ਸਮਝੇ ਜਿਹਨੂੰ ਆਖੋ ਤੁਸੀਂ ਵੀ ਯਤਨ ਕਰਿਆ ਕਰੋ ਕੋਈ ਵੀ ਚੰਗਾ ਕੰਮ ਹੋਵੇ ਇਹਦੀ ਪ੍ਰੈਕਟਿਸ ਕਰੋ ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ ਲਿਖਿਆ ਵੀ ਨਿਮਾਣੇਪਣ ਦੀ ਪ੍ਰੈਕਟਿਸ ਕਰਿਆ ਕਰੋ ਅਭਿਆਸ ਕਰਿਆ ਕਰੋ ਮੈਂ ਬੜਾ ਹੈਰਾਨ ਹੋਇਆ ਵੀ ਕੋਈ ਕਾਰ ਚਲਾਉਣੀ ਸਿੱਖਿਓ ਦੀ ਪ੍ਰੈਕਟਿਸ ਕਰੇ ਕੋਈ ਕੰਪਿਊਟਰ ਚਲਾਉਣਾ ਸਿੱਖਿਓ ਦੀ ਪ੍ਰੈਕਟਿਸ ਕਰੇ ਨਿਮਰਤਾ ਦੀ ਵੀ ਪ੍ਰੈਕਟਿਸ ਹੁੰਦੀ ਹੈ ਤੇ ਪ੍ਰਿੰਸੀਪਲ ਸਾਹਿਬ ਕਹਿੰਦੇ ਹਾਂ ਇਹਦੀ ਵੀ ਪ੍ਰੈਕਟਿਸ ਹੈ ਤੁਸੀਂ ਕਹੋਗੇ ਉਹ ਕਿਵੇਂ ਮੰਨ ਲਓ ਕੋਈ ਚੰਗਾ ਕੰਮ ਤੁਹਾਡੇ ਕੋਲ ਹੋ ਜਾਵੇ ਅਭਿਆਸ ਬਣਾ ਲਓ ਕਦੀ ਇਹ ਨਹੀਂ ਕਹਿਣਾ ਮੈਂ ਕੀਤਾ ਆਖੋ ਪ੍ਰੈਕਟਿਸ ਕੀ ਕਰਨੀ ਹੈ ਅਭਿਆਸ ਕੀ ਕਰਨਾ ਹੈ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਆਖੋ ਗੁਰੂ ਨਾਨਕ ਦੀ ਕਿਰਪਾ ਕਲਗੀਆਂ ਵਾਲੇ ਦੀ ਮਿਹਰ ਫਿਰ ਉਹ ਪੁੱਤਰ ਨੂੰ ਕੰਮ ਭੇਜੇ ਪੁੱਤਰ ਕਰਕੇ ਆ ਗਏ ਤੇ ਉਹ ਕਹਿੰਦਾ ਬੇਟਾ ਕੰਮ ਹੋ ਗਿਆ ਮੈਂ ਵੱਡਾ ਭਰਾ ਛੋਟੇ ਨੂੰ ਭੇਜਦਾ ਜਾਂ ਇੱਕ ਪਾਟਨਾ ਦੂਜੇ ਨੂੰ ਭੇਜਦਾ ਆਪਾਂ ਸਾਰੇ ਦੁਸ਼ਤੀ ਹਾਂ ਤੇ ਜੇ ਤੇ ਹੁਣ ਗਲੇ ਨਾਲ ਨਹੀਂ ਲਾਇਆ ਜੇ ਨਿਮਰਤਾ ਨਹੀਂ ਆਈ ਜੇ ਹੋਮੇ ਜੀ ਉੱਠਦੇ ਆ ਤੇ ਜਵਾਬ ਪਤਾ ਨਹੀਂ ਹੁੰਦਾ ਐ ਪੁੱਛਾਂ ਤਾੜ ਕੇ ਨਾ ਬੰਦਾ ਕਹਿੰਦਾ ਲੈ ਮੈਂ ਜਾਵਾਂ ਤੇ ਕੰਮ ਨਾ ਹੋਵੇ ਆਖੋ ਇਹ ਕੀ ਹੈ ਜਿਹੜੀ ਹੋਮੇ ਆ ਸ਼ੁੱਧ ਹੋ ਗਏ ਤੇ ਜਿਹਨੂੰ ਗੁਰੂ ਨੇ ਗੱਲ ਨਾ ਲਾਇਆ ਹੁੰਦਾ ਉਹਨੂੰ ਪਿਓ ਪੁੱਛਦਾ ਬੇਟਾ ਕੰਮ ਹੋ ਗਿਆ ਤੇ ਕੋਈ ਜਵਾਬ ਹੁੰਦਾ ਜੀ ਮਹਾਰਾਜ ਨੇ ਕਰਾ ਲਿਆ ਆਖੋ ਆਪਣੇ ਤੇ ਗੱਲ ਲੈਣੀ ਗੁਰੂ ਦੀ ਕਿਰਪਾ ਹੋ ਸੱਚੇ ਪਾਤਸ਼ਾਹ ਨੇ ਮਿਹਰ ਕਰਕੇ ਕਰਾ ਦਿਆ ਭੈਣਾਂ ਬੈਠੀਆਂ ਨੇ ਘਰ ਦੀ ਗੈਸ ਕਰਦੇ ਆਪਾਂ ਰੋਟੀ ਖਵਾਉਂਦੇ ਹਾਂ ਧਿਆਨ ਦੇਣਾ ਤੁਸੀਂ ਤਿੰਨ ਸਬਜ਼ੀਆਂ ਬਣਾਈਆਂ ਇੱਕ ਮਿੱਠਾ ਬਣਾਇਆ ਨਾਲ ਰਾਇਤਾ ਪਾਇਆ ਹੈ ਹੁਣ ਜਿਹੜਾ ਗੈਸਟ ਆਏ ਆ ਤੇ ਸਿਆਣਾ ਗੈਸਟ ਫਿਰ ਐਪਰੀਸ਼ੀਏਟ ਕਰੇਗਾ ਆਖੋ ਭੈਣ ਜੀ ਸਬਜ਼ੀ ਬਹੁਤ ਸਵਾਦ ਬਣਾਈ ਤੇ ਜੇ ਤੇ ਬਾਬੇ ਨੇ ਗੱਲ ਨਾਲ ਨਹੀਂ ਲਾਇਆ ਆਖੋ ਤੁਹਾਨੂੰ ਸਮਝਣਾ ਜੇ ਅੰਦਰ ਨਿਮਰਤਾ ਦੀ ਪੌੜੀ ਨਹੀਂ ਚੜੀ ਫਿਰ ਬੀਬੀ ਦਾ ਜਵਾਬ ਪਤਾ ਕੀ ਹੋਏਗਾ ਮੈਂ ਸਵਾਦ ਕਿਵੇਂ ਨਾ ਹੁੰਦੀ ਮੈਂ ਸਵੇਰ ਦੀ ਰਸੋਈ 'ਚ ਖੜੀ ਸਾਂ ਆਖੋ ਮੈਨੂੰ 8 ਘੰਟੇ ਲੱਗ ਗਏ ਸਵੇਰ ਦੀ ਮੈਂ ਕਿਤੇ ਦੀ ਤਿਆਰੀ ਕਰਦੀ ਟੀਕਰ ਵੀ ਲੱਗੀ ਸਾਂ ਮੇਰਾ ਤਾਂ ਸਾਹ ਵੀ ਕਿਸੇ ਨੇ ਨਹੀਂ ਦਿੱਤਾ ਫਿਰ ਆਸ਼ਾ ਨਾ ਮਾਤੀ ਤੇ ਜਿਹਨੂੰ ਬਾਬੇ ਨਾਲ ਗੱਲ ਨਾ ਲਾਇਆ ਹੁੰਦਾ ਭਾਵੇਂ ਸੱਚੀ ਬੀਬੀ ਨੇ ਬਣਾਈਏ ਪਰ ਉਹ ਆਪਣੇ ਤੇ ਕਦੀ ਗੱਲ ਨਾ ਆਪਣੇ ਤੇ ਨਹੀਂ ਕਦੀ ਗ੍ਰੈਟਿਟਿਊਡ ਲੈਗੀ ਉਹ ਪਤਾ ਕੀ ਕਹੇਗੀ ਜੀ ਮਹਾਰਾਜ ਦੀ ਕਿਰਪਾ ਹੈ ਆਖੋ ਸਾਰੇ ਆਖੋ ਜੀ ਵਾਹਿਗੁਰੂ ਗੱਲਾਂ ਛੋਟੀਆਂ ਛੋਟੀਆਂ ਪਰ ਯਾਦ ਰੱਖਣਾ ਪ੍ਰਿੰਸੀਪਲ ਸੁਖਦੀਪ ਸਿੰਘ ਕਹਿੰਦੇ ਰੱਬ ਆਸ ਬਣਾ ਫਿਰ ਗੁਰੂ ਦੇ ਗੱਲ ਨਾ ਲਾਏਗਾ ਆਖੋ ਪੀਰ ਬੁੱਧੂ ਸ਼ਾਹ ਸੀ ਪੌਂਟਾ ਸਾਹਿਬ ਦੀ ਧਰਤੀ ਤੇ ਪੀਰ ਬੁੱਧੂ ਸ਼ਾਹ ਮਹਾਰਾਜ ਦੇ ਦਰਸ਼ਨ ਕਰਨ ਆਇਆ ਸ਼ਰਧਾ ਨਾਲੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਚੱਲਣਾ ਮੈਨੂੰ ਮੇਰੀ ਕਲਿਆਣ ਕਰਨਗੇ ਪਰ ਜਦੋਂ ਦਰਸ਼ਨ ਕੀਤੇ ਪਹਿਲੀ ਆਈ ਤੇ ਅੰਦਰ ਤਰੇੜ ਆ ਗਈ ਕਵੀ ਤਰੇੜ ਵੀ ਮੇਰੀ ਉਮਰ ਜ਼ਿਆਦਾ ਤੇ ਇਹ ਛੋਟੀ ਉਮਰ ਕਈ ਵਾਰੀ ਆਹ ਹੋਵੇ ਮਾਰ ਜਾਣ ਮੈਂ ਤੇ ਬੱਚਾ ਗਿਆ ਇਹਦੇ ਕੋਲੋਂ ਸਿੱਖਾਂਗਾ ਨਹੀਂ ਪੀਰ ਬੁੱਧੂ ਸ਼ਾਹ
ਹੋਣੇ ਆ ਗਏ ਮੱਥਾ ਨਹੀਂ ਟੇਕਿਆ ਹੱਥ ਮਿਲਾਣ ਲੱਗ ਪਿਆ ਆਖੋ ਹੱਥ ਕਿਹਨੂੰ ਮਿਲਾਈਦਾ ਪ੍ਰਭੂ ਦੇ ਅੰਦਰ ਤਰੇੜ ਆ ਗਈ ਮੇਰੇ ਨਾਲ ਇੰਨੇ ਚੱਲੇ ਕੀ ਸੋਚਣਗੇ ਮੈਂ ਸੌ ਦੇ ਸਾਲ ਉਮਰ ਇਹ ਗਿਆਰਾਂ ਬਾਰਾਂ ਸਾਲ ਦੀ ਉਮਰ ਸੀ ਮਹਾਰਾਜ ਦੀ ਤੇ ਮੈਂ ਇਹਨਾਂ ਨੂੰ ਮੱਥਾ ਟੇਕਣਾ ਤੇ ਮਹਾਰਾਜ ਨੇ ਪੜ ਲਈ ਭਾਵੇਂ ਪੀਰੇ ਆਇਆ ਕਲਿਆਣ ਵਾਸਤੇ ਪਰ ਅੰਦਰ ਤਰੇੜ ਅੰਦਰ ਹੋਮੇ ਹੈ ਵੀ ਮੇਰੀ ਉਮਰ ਵੱਡੀ ਹੈ ਆਖੋ ਹੋਮੇ ਕਿਸੇ ਵੀ ਚੀਜ਼ ਦੀ ਆਸ ਹੁਣ ਗੌਰ ਕਰਿਓ ਇਹਨੇ ਹੱਥ ਮਿਲਾਇਆ ਮਾਰੇ ਨੇ ਹੱਥ ਮਿਲਾਇਆ ਸਮਝ ਕੇ ਵੀ ਸ਼ਬਦਾਂ ਤੋਂ ਪਰੇ ਚਲਾ ਗਿਆ ਤੇ ਹੁਣ ਕਹਿੰਦਾ ਵੀ ਖੁਦਾ ਨਾਲ ਮੇਲ ਕਿਵੇਂ ਹੋਵੇ ਇਹਨੇ ਸਵਾਲ ਕੀਤਾ ਮਹਾਰਾਜ ਜੀ ਨੂੰ ਖੁਦਾ ਨਾਲ ਮੇਲ ਕਿਵੇਂ ਹੋਵੇ ਸਾਰੀ ਉਮਰ ਬੀਤ ਗਈ ਹਜੇ ਮਿਲਾਪ ਨਹੀਂ ਹੋਇਆ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀਰ ਜੀ ਮੇਲ ਤੇ ਬੜਾ ਹੀ ਸੁੱਖ ਹੈ ਕਹਿੰਦਾ ਜੀ ਸੁੱਖ ਹੈ ਸ਼ੌਕ ਤੋਂ ਗਿਆ ਛੋਟੀ ਉਮਰ ਦੇ ਇਹ ਕਹਿੰਦੇ ਸੁੱਖ ਹੈ ਕਹਿੰਦਾ ਜੀ ਸੌਖਾ ਕਿਵੇਂ ਹੈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀਰ ਜੀ ਜਿਵੇਂ ਦਿਨ ਤੇ ਰਾਤ ਦਾ ਮੇਲ ਹੁੰਦਾ ਉਦਾਂ ਹੀ ਖੁਦਾ ਨਾਲ ਮੇਲ ਹੋ ਜਾਂਦਾ ਹੁਣ ਉੱਤੋਂ ਸ਼ੋਅ ਕਰ ਰਿਹਾ ਵੀ ਮੈਨੂੰ ਸਮਝ ਆ ਰਿਹਾ ਅੰਦਰੋਂ ਪੱਲੇ ਕੱਕਰੀ ਪੈ ਰਿਹਾ ਆਖੋ ਅੰਦਰੋਂ ਸੋਚਦਾ ਦਿਨ ਤੇ ਰਾਤ ਤੇ ਕਦੀ ਮਿਲਦਾ ਹੀ ਨਹੀਂ ਰਾਤ ਆਉਂਦੀ ਹੈ ਤੇ ਦਿਨ ਚਲਾ ਜਾਂਦਾ ਦਿਨ ਚੜ੍ਹਦਾ ਤੇ ਰਾਤ ਚਲੀ ਜਾਂਦੀ ਮੇਲ ਤੇ ਹੁੰਦਾ ਹੀ ਨਹੀਂ ਕਦੀ ਫਿਰ ਝਾਕਾ ਲਾਇਆ ਫਿਰ ਹੋਇਆ ਨੰਗਾ ਕਹਿੰਦਾ ਮਹਾਰਾਜ ਮੈਨੂੰ ਸਮਝ ਨਹੀਂ ਆਈ ਆਖੋ ਆ ਹੁਣੇ ਇਹਨੂੰ ਕੱਢਣਾ ਸੀ ਆਪਾਂ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ ਤੇ ਮੈਨੂੰ ਸਮਝ ਨਹੀਂ ਆਈ ਕਹਿੰਦਾ ਮਹਾਰਾਜ ਮੈਂ ਸਮਝਿਆ ਵੀ ਦਿਨ ਤੇ ਰਾਤ ਦਾ ਮੇਲ ਕਿੱਦਾਂ ਹੁੰਦਾ ਕਹਿੰਦੇ ਪਤਾ ਲੱਗ ਗਿਆ ਨਾ ਵੀ ਦਿਨ ਚੜ੍ਹਦਾ ਰਾਤ ਚਲੀ ਜਾਂਦੀ ਕਹਿੰਦੇ ਹਾਂ ਕਹਿੰਦੇ ਇਸੇ ਤਰ੍ਹਾਂ ਹੀ ਜਦੋਂ ਹੋਮੇ ਜਾਏਗੀ ਤੇ ਪਰਮੇਸ਼ਵਰ ਦਾ ਮੇਲ ਹੋਏਗਾ ਆਖੋ ਮਹਾਰਾਜ ਨੇ ਫਿਰ ਗੱਲ ਖੋਲੀ ਕਹਿੰਦੇ ਵੀਰ ਜੀ ਹੋ ਹੁਆ ਖੁਦਾ ਹੁਆ ਆਖੋ ਜਿੰਨੀ ਦੇਰ ਤੱਕ ਹੋਮੇ ਅੰਦਰ ਪਾਲੀ ਹੋਈਏ ਓਨੀ ਦੇਰ ਤੱਕ ਮੇਲ ਨਹੀਂ ਹੋ ਸਕਦਾ ਆਖੋ ਮੈਂ ਮਾਰਨਾ ਪਏਗਾ ਗਰੀਬੀ ਲਿਆਣੀ ਪਏਗੀ ਜਦੋਂ ਨਿਮਰਤਾ ਦੇ ਘਰ ਜਾਓਗੇ ਭਾਈ ਨੰਦ ਲਾਲ ਜੀ ਤੁਹਾਨੂੰ ਪਤਾ ਹੈ ਇੱਕ ਦਿਨ ਭਾਈ ਨੰਦ ਲਾਲ ਜੀ ਕਿਤੇ ਚੱਲੇ ਰਾਤ ਦਾ ਟਾਈਮ ਸੀ ਉਹਨਾਂ ਪ੍ਰਦੇਸ਼ ਜਾਣਾ ਸੀ ਦੂਜੇ ਸ਼ਹਿਰ ਉਹਨਾਂ ਸੋਚਿਆ ਵੀ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕੀਤੇ ਬਿਨਾਂ ਕਦੀ ਗਿਆ ਨਹੀਂ ਉਹ ਆਏ ਤੇ ਮਹਾਰਾਜ ਜੀ ਨਿਤਨੇਮ ਤੁਸਾਂ ਆਪਣੇ ਸਾਧਨਾ ਦੇ ਜੁੜੇ ਸੇਵਾਦਾਰ ਨੂੰ ਭਾਈ ਨੰਦ ਲਾਲ ਕਹਿੰਦੇ ਮੈਂ ਆਗਿਆ ਲੈ ਲਈ ਮੈਂ ਜਾਣਾ ਸੇਵਾਦਾਰ ਕਹਿੰਦੇ ਮੈਂ ਤੇ ਜੀ ਬੂਹਾ ਖੜਕਾਸ ਦਾ ਤੁਸੀਂ ਆਪੇ ਲੈ ਲਓ ਆਗਿਆ ਭਾਈ ਨੰਦ ਲਾਲ ਜੀ ਨੇ ਬੂਹਾ ਖੜਕਾਇਆ ਅੰਦਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਵਾਜ਼ ਦਿੱਤੀ ਕੌਣ ਹੈ ਤੇ ਭਾਈ ਨੰਦ ਲਾਲ ਸੁਭਾਵ ਕਹਿੰਦੇ ਜੀ ਮੈਂ ਵਾਂ ਹੁਣ ਆਪਾਂ ਆਪਣੇ ਘਰ ਬੂਹਾ ਖੜਕਾਵਾਂਗੇ ਤੇ ਆਪਣਾ ਨਾਂ ਆਪਣੇ ਘਰ ਨਹੀਂ ਦੱਸਾਂਗੇ ਆਖੋ ਆਪਣੇ ਘਰ ਬੰਦਾ ਇਹ ਕਹਿੰਦਾ ਜੀ ਮੈਂ ਵਾਂ ਜਦੋਂ ਉਹਨਾਂ ਕਿਹਾ ਨਾ ਮੈਂ ਆ ਤੇ ਅੱਗੋਂ ਆਵਾਜ਼ ਆਈ ਅੰਦਰੋਂ ਮੈਂ ਵਾਸਤੇ ਕਦੀ ਬੂਹੇ ਨਹੀਂ ਖੁੱਲਦੇ ਆਖੋ ਸਾਰੇ ਆਖੋ ਜੀ ਜਿੱਥੇ ਮੈਂ ਵਾ ਉੱਥੇ ਕਦੀ ਬੂਹੇ ਨਹੀਂ ਖੁੱਲਦੇ ਭਾਈ ਨੰਦ ਲਾਲ ਏਡੇ ਵਿਦਵਾਨ ਏਡੇ ਪੜ੍ਹੇ ਲਿਖੇ ਏਡੇ ਸਿਆਣੇ ਮੱਥੇ ਤੇ ਹੱਥ ਮਾਰਿਆ ਵੀ ਮੈਂ ਤੇ ਬੱਚਾ ਖਾ ਰਿਹਾ ਆਖੋ ਵੇਖੋ ਇਹ ਵੀ ਹੋਵੇ ਸੂਸ਼ਮ ਹੋਵੇ ਅੰਦਰੋਂ ਜਵਾਬ ਆ ਗਈ ਜਿੱਥੇ ਮੈਂ ਹੋਵੇ ਉੱਥੇ ਬੂਹੇ ਨਹੀਂ ਖੁੱਲਦੇ ਪੰਜ ਮਿੰਟ ਬਾਅਦ ਸ਼ਰਮਿੰਦਾ ਹੋ ਕੇ ਤੇ ਦੁਬਾਰਾ ਬੂਹਾ ਖੜਕਾਇਆ ਜਦੋਂ ਦੁਬਾਰਾ ਬੂਹਾ ਖੜਕਾਇਆ ਹੁਣ ਫਿਰ ਆਵਾਜ਼ ਆਈ ਕੌਣ ਹੈ ਤੇ ਹੁਣ ਭਾਈ ਨੰਦ ਲਾਲ ਦਾ ਸੋਚ ਸਮਝ ਕੇ ਜਵਾਬ ਪਤਾ ਕਿ ਦਿੱਤਾ ਕਹਿੰਦੇ ਜੀ ਤੂੰ ਹੀ ਤੂੰ ਤੂੰ ਹੀ ਤੂੰ ਅਰਜੀਆ ਵਾਲੇ ਨੇ ਅੰਦਰੋਂ ਜਵਾਬ ਪਤਾ ਕਿ ਕਹਿੰਦੇ ਤੇ ਸਿਆਣਪਾਂ ਨੇ ਆਖੋ ਸਾਰੇ ਆਖੋ ਜੀ ਇਹ ਤਾਂ ਸਿਆਣਪ ਹੋ ਗਈ ਵੀ ਹੁਣ ਸਾਰੇ ਪਾਸੇ ਤੂੰ ਹੀ ਤੂੰ ਹੁਣ ਏਡੇ ਸਿਆਣੇ ਵਿਦਵਾਨ ਸਿਰ ਫੜ ਕੇ ਬਹਿ ਗਏ ਮੈਂ ਕਵਾਂ ਤੇ ਹੋਮੇ ਆਉਂਦੀ ਏ ਤੂੰ ਕਵਾਂ ਤੇ ਸਿਆਣਪ ਮਰ ਜਾਂਦੀ ਏ ਤੇ ਕਵਾਂ ਹੁਣ ਤੀਜੀ ਵਾਰੀ ਬੂਹਾ ਖੜਕਾਇਆ ਤੇ ਅੰਦਰੋਂ ਸਾਰੀ ਹੋਮੇ ਲੱਥੀ ਹੋਈ ਸੀ ਮਹਾਰਾਜ ਨੇ ਪੁੱਛਿਆ ਕੌਣ ਏ ਕਹਿੰਦੇ ਵੀ ਕੋਈ ਸਮਝ ਨਹੀਂ ਆ ਰਹੀ ਆਖੋ ਮੈਂ ਕਵਾਂ ਮੈਂ ਕਵਾਂ ਹੋਮੇ ਹੈ ਤੂੰ ਕਵਾਂ ਸਿਆਣਪ ਮਰ ਜਾਂਦੀ ਹੈ ਸਹਿ ਸਿਆਣਪਾਂ ਲੱਖ ਹੋਵੇ ਤਾਂ ਹੁਣ ਮਨ ਢਹਿ ਗਿਆ
ਉਹ ਕਹਿੰਦੇ ਜੀ ਮੈਨੂੰ ਨਹੀਂ ਸਮਝ ਆ ਰਹੀ ਮੈਂ ਕੌਣ ਤੇ ਹੁਣ ਮਹਾਰਾਜ ਨੇ ਬੂਹਾ ਖੋਲਿਆ ਕਹਿੰਦੇ ਨੰਦ ਲਾਲ ਇਹੀ ਪੌੜੀ ਤੇ ਚੜ੍ਹਨਾ ਜਦੋਂ ਬੰਦਾ ਕਵੇ ਮੈਨੂੰ ਪਤਾ ਹੀ ਨਹੀਂ ਮੈਂ ਕੌਣ ਆ ਆਖੋ ਮਨ ਮਾਰ ਦੇਣਾ ਆਪਣੇ ਆਪ ਨੂੰ ਇੰਨੇ ਨਿਮਾਣੇ ਪਣ ਚ ਲੈ ਜਾ ਮੈਂ ਕੋਈ ਹੈ ਹੀ ਨਹੀਂ ਕਿਉਂਕਿ ਸਾਰਾ ਝਗੜਾ ਹੀ ਇਸੇ ਗੱਲ ਦਾ ਜੇ ਆਖੋ ਤੇ ਜਦੋਂ ਮਨ ਮਾਰਤਾ ਵੀ ਮੈਂ ਕੁਝ ਵੀ ਨਹੀਂ ਮੈਂ ਕੌਣ ਆ ਉਦੋਂ ਸੱਚੇ ਪਾਤਸ਼ਾਹ ਜੀ ਨੇ ਬੂਹੇ ਖੋਲੇ ਭਾਈ ਨੰਦ ਲਾਲ ਨੂੰ ਚੁੱਕਿਆ ਤੇ ਗੱਲ ਨਾਲ ਲਾਇਆ ਅੱਜ ਨਿਮਰਤਾ ਦੀ ਦਾਤ ਦੇ ਦਿੱਤੀ ਆਖੋ ਸਾਰੇ ਆਖੋ ਜੀ ਇਹ ਪਹਿਲੀ ਨਿਸ਼ਾਨੀ ਹੈ ਜਦੋਂ ਸੱਚੇ ਪਾਤਸ਼ਾਹ ਜੀ ਝੋਲੀ ਚ ਨਿਮਰਤਾ ਪਾ ਦੋ ਸੁਣੇ ਮੈਂ ਗੱਲ ਨਾਲ ਲਾਇਆ ਜੇ ਹਜੇ ਆਪਾਂ ਮੈਂ ਜੀ ਘੁੰਮੀ ਜਾਂਦੇ ਹਾਂ ਹੋਵੇ ਹੀ ਕਰੀ ਬੈਠੇ ਹਾਂ ਫਿਰ ਮੰਦਿਰ ਦੂਰ ਹੈ ਆਓ ਦਸ ਮਿੰਟ ਇਸੇ ਤਰ੍ਹਾਂ ਪਿਆਰ ਦੀ ਇੱਕ ਨਿਸ਼ਾਨੀ ਹੋਰ ਸਾਂਝੀ ਕਰਾਂਗੇ ਨਾਲ ਨਾਲ ਪੜੋ ਜੀ ਸਾਰੇ ਤਬ ਗੱਲ
ਮੇਰੇ ਨਾਲ ਲਾਇਆ ਕਿ ਨਹੀਂ ਇਹਦੀ ਪਹਿਲੀ ਨਿਸ਼ਾਨੀ ਆਪਾਂ ਸੁਣੀਏ ਹੁਣ ਦੂਜੀ ਨਿਸ਼ਾਨੀ ਕੀ ਦੂਜੀ ਨਿਸ਼ਾਨੀ ਇਹ ਜਗਤ ਦਾ ਇੱਕ ਸੁਭਾਅ ਹੈ ਜਿੰਨਾ ਤੇ ਗੁਰੂ ਦੀ ਕਿਰਪਾ ਹੋਵੇ ਉਹ ਨਹੀਂ ਪਰ ਮੈਕਸੀਮਮ ਕਿਉਂਕਿ ਜਦੋਂ ਸਲਾਮਤਾ ਦੇਣੀ ਦੇਈਦੀ ਹੈ ਉਹ ਬਹੁਤ ਤਿਆਗ ਦੀ ਹੁੰਦੀ ਹੈ ਜਗਤ ਦਾ ਇੱਕ ਸੁਭਾਅ ਹੈ ਮੇਰਾ ਘਰ ਭਰ ਦੇ ਜਗਤ ਦਾ ਇੱਕ ਸੁਭਾਅ ਹੈ ਦੂਜੇ ਦੇ ਮੂੰਹ ਚੋਂ ਖੋ ਕੇ ਤੇ ਆਪਣੇ ਢਿੱਡ ਅੰਦਰ ਭਰਨ ਦਾ ਆਖੋ ਆਇਆ ਤੁਸੀਂ ਮੈਕਸੀਮਮ ਵੇਖੋ ਉਹਨੇ ਗਲੇ ਨਾਲ ਲਾਇਆ ਕਿ ਨਹੀਂ ਇਹਦੀ ਦੂਜੀ ਨਿਸ਼ਾਨੀ ਹੈ ਕਿ ਉਹ ਜਿਹਨੂੰ ਫਿਰ ਉਹ ਗਲੇ ਨਾਲ ਲਾ ਲੈਂਦਾ ਨਾ ਉਹ ਦੂਜੇ ਦੇ ਢਿੱਡ ਚੋਂ ਕਦੀ ਖੋ ਕੇ ਆਪਣੇ ਘਰ ਨਹੀਂ ਭਰਦਾ ਉਹ ਆਪਣੇ ਘਰੋਂ ਕੱਢ ਕੇ ਦੂਜੇ ਦੇ ਮੂੰਹ ਚ ਪਾਉਣ ਵਾਲਾ ਬਣ ਜਾਂਦਾ ਆਪਣੇ ਅੰਦਰ ਝਾਤੀ ਮਾਰੇ ਜਿਹਨੂੰ ਆ ਸੁਭਾਅ ਦੇ ਦੇਵੇ ਨਾ ਵੀ ਦੇਖ ਕੇ ਖੁਸ਼ ਹੋਣਾ ਵੰਡ ਕੇ ਖੁਸ਼ ਹੋਣਾ ਕਿਸੇ ਦੇ ਮੂੰਹ ਚ ਪਾ ਕੇ ਖੁਸ਼ ਹੋਣਾ ਸਮਝ ਲਓ ਬਾਬੇ ਨੇ ਗੱਲ ਨਾਲ ਲਾ ਲਿਆ ਆਖੋ ਸਾਰੇ ਆਖੋ ਜੀ ਆਪਣੇ ਅੰਦਰ ਜ਼ਰੂਰ ਚੈੱਕ ਕਰੀ ਜਾਣ ਸਤਸੰਗ ਦਾ ਨਾਮ ਵੀ ਇਸੇ ਕਰਕੇ ਮੈਨੂੰ ਪਤਾ ਲੱਗੇ ਮੈਂ ਕਿੱਥੇ ਖਲੋਤਾ ਇੱਕ ਉੱਚਾ ਸੀ ਉਹਦੇ ਪੈਰ ਨੰਗੇ ਸਨ ਤੁਹਾਡੇ ਵਰਗੇ ਕਿਸੇ ਸੱਜਣ ਨੇ ਵੇਖਿਆ ਵੀ ਗੁਰਦੁਆਰੇ ਚੋਂ ਬਾਹਰ ਨਿਕਲੇ ਆ ਤੇ ਉਹਨੇ ਵੇਖਿਆ ਕਿ ਇਹਦੇ ਪੈਰ ਸੜਦੇ ਪਏ ਇਹਦਾ ਨੰਗੇ ਪੈਰ ਅਪ੍ਰੈਲ ਮਈ ਦਾ ਮਹੀਨਾ ਹੋਏ ਸੜਕ ਤੇ ਤੁਰਿਆ ਨਹੀਂ ਜਾਂਦਾ ਇੱਕ ਪੈਰ ਉੱਤੇ ਚੁੱਕ ਚੁੱਕ ਕੇ ਤੁਰੇ ਤੁਹਾਡੇ ਵਰਗੋਂ ਕਿਸੇ ਨੇ ਪੁੱਛਿਆ ਵੀ ਬੇਟਾ ਕੀ ਗੱਲ ਸ਼ੂਟ ਨੀ ਪਾਏ ਚੱਪਲ ਨੀ ਪਾਈ ਕਹਿੰਦਾ ਅੰਕਲ ਜੀ ਹੈ ਨੀ ਮਨ ਚ ਦਇਆ ਆ ਗਈ ਸਾਹਮਣੇ ਸ਼ੂਟ ਦੀ ਦੁਕਾਨ ਸੀ ਕਹਿੰਦਾ ਆ ਬੇਟਾ ਮੈਂ ਤੈਨੂੰ ਲੈ ਰਿਹਾ ਸੁਣਿਆ ਆ ਬੇਟਾ ਮੈਂ ਤੈਨੂੰ ਲੈ ਦੇਵਾਂ ਲੈ ਦਿੱਤੀ ਸੱਤ ਅੱਠ ਸੌ ਰੁਪਏ ਦੇ ਸ਼ੂ ਨੂੰ ਲੈ ਤੇ ਆਪ ਪੈਸੇ ਦੇ ਕੇ ਜਦੋਂ ਬਾਹਰ ਆਇਆ ਨਾ ਤੇ ਉਹ ਛੋਟਾ ਬੱਚਾ ਖੜਾ ਸੀ ਸਰਦਾਰ ਜੀ ਪੁੱਛਦੇ ਬੇਟਾ ਤੂੰ ਗਿਆ ਨੀ ਕਹਿੰਦਾ ਅੰਕਲ ਇੱਕ ਗੱਲ ਪੁੱਛਣੀ ਸੀ ਕਹਿੰਦਾ ਬੇਟਾ ਪੁੱਛ ਦੱਸ ਕਹਿੰਦਾ ਅੰਕਲ ਜੀ ਤੁਸੀਂ ਰੱਬ ਹੋ ਬੱਚੇ ਨੇ ਸਵਾਲ ਹੈ ਕੀਤਾ ਸਿੱਧਾ ਅੰਕਲ ਜੀ ਤੁਸੀਂ ਰੱਬ ਹੋ ਸਰਦਾਰ ਜੀ ਹੈਰਾਨ ਕਹਿੰਦਾ ਨਹੀਂ ਬੇਟਾ ਮੈਂ ਕੋਈ ਰੱਬ ਨਹੀਂ ਹੁਣ ਮੁੰਡਾ ਪਤਾ ਨੀ ਕਹਿੰਦਾ ਬੱਚਾ ਕਹਿੰਦਾ ਅੰਕਲ ਜੀ ਤੁਸੀਂ ਰੱਬ ਨਹੀਂ ਫਿਰ ਰੱਬ ਦੇ ਫਰੈਂਡ ਜ਼ਰੂਰ ਹੋਵੋਗੇ ਫਿਰ ਰੱਬ ਦੇ ਦੋਸਤ ਹੋਵੋਗੇ ਬੰਦਾ ਹੈਰਾਨ ਕਹਿੰਦਾ ਨਾ ਮੈਂ ਬੇਟਾ ਰੱਬ ਹਾਂ ਨਾ ਮੈਂ ਰੱਬ ਦਾ ਫਰੈਂਡ ਹੈ ਪਰ ਤੂੰ ਇਹਦਾ ਕਿਉਂ ਕਹਿ ਰਹੇ ਕਹਿੰਦਾ ਅੰਕਲ ਜੀ ਅੱਠ ਦਿਨ ਤੋਂ ਮੇਰੇ ਪੈਰਾਂ ਚ ਸ਼ੂ ਨਹੀਂ ਸੀ ਮੈਂ ਨੰਗੇ ਪੈਰ ਤੁਰਦਾ ਸਾਂ ਮੇਰੇ ਪੈਰ ਸੜਦੇ ਸੀ ਤੇ ਅੱਜ ਹੀ ਮੈਂ ਰੱਬ ਅੱਗੇ ਅਰਦਾਸ ਕੀਤੀ ਹੈ ਰੱਬਾ ਮੈਨੂੰ ਮੂੰਹ ਨਹੀਂ ਲੈ ਦੇ ਆਖੋ ਸਾਰੇ ਆਖੋ ਜੀ ਅੱਜ ਮੈਂ ਅਰਦਾਸ ਕੀਤੀ ਹੈ ਤੁਸੀਂ ਮੈਨੂੰ ਮੂੰਹ ਲੈ ਦੇ ਨੇ ਤੇ ਮੈਂ ਸੋਚਿਆ ਵੀ ਜਾਂ ਰੱਬ ਆਪ ਆ ਗਏ ਹੈ ਤੇ ਜਾਂ ਰੱਬ ਨੇ ਆਪਣੇ ਫਰੈਂਡ ਨੂੰ ਕੀਤਾ ਆਖੋ ਉਹ ਸਰਦਾਰ ਜੀ ਇੰਨੇ ਹੈਰਾਨ ਇੰਨੇ ਹੈਰਾਨ ਉਹਦੀਆਂ ਅੱਖਾਂ ਭਰੀਆਂ ਉਹ ਸਰਦਾਰ ਨੇ ਬਚਨ ਪਤਾ ਕੀ ਕਹਿ ਕਹਿੰਦਾ ਬੱਚਿਆ ਨਾ ਮੈਂ ਰੱਬ ਹਾਂ ਨਾ ਮੈਂ ਰੱਬ ਦਾ ਫਰੈਂਡ ਹਾਂ ਪਰ ਤੇਰੀ ਅੱਜ ਇਸ ਗੱਲ ਨੇ ਮੈਨੂੰ ਅਕਲ ਦੇ ਦਿੱਤੀ ਏ ਕਿ ਰੱਬ ਦਾ ਫਰੈਂਡ ਬਣਨਾ ਕੋਈ ਵੱਡੀ ਗੱਲ ਨਹੀਂ ਹੈਗੀ ਜਦੋਂ ਉਹਦੇ ਦਿੱਤੇ ਵਿੱਚੋਂ ਅਸੀਂ ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਦਿੰਦੇ ਹਾਂ ਰੱਬ ਸਾਨੂੰ ਆਪਣਾ ਦੋਸਤ ਬਣਾ ਲੈਂਦਾ
ਸਾਰੇ ਆਖੋ ਜੀ ਗੱਲ ਸਮਝ ਲਓ ਕਿ ਮੈਂ ਅੱਜ ਸਮਝ ਆ ਗਈ ਕਿਉਂਕਿ ਜਿਹਨੂੰ ਲੋੜ ਏ ਉਹ ਮੰਗਦਾ ਰੱਬ ਕੋਲੋਂ ਤੇ ਰੱਬ ਨੇ ਲੋੜ ਪੂਰੀ ਤੇ ਉਹਦੀ ਕਰਨੀ ਏ ਕਿਸੇ ਦੇ ਜ਼ਰੀਏ ਕਰਨੀ ਹੁੰਦੀ ਨਾ ਆਪਣੇ ਬੰਦਿਆਂ ਤੇ ਥੋੜੀ ਕਰਦਾ ਫਿਰ ਉਹ ਤੇ ਕਹਿੰਦਾ ਬੇਟਾ ਮੈਨੂੰ ਅੱਜ ਇੱਕ ਸਿੱਖਿਆ ਮਿਲ ਗਈ ਏ ਕਿ ਰੱਬ ਦਾ ਫਰੈਂਡ ਬਣਨਾ ਕੋਈ ਵੱਡੀ ਗੱਲ ਨਹੀਂ ਜਦੋਂ ਕਿਸੇ ਲੋੜਵੰਦੀ ਤੁਸੀਂ ਲੋੜ ਪੂਰੀ ਕਰਦੇ ਹੋ ਮਾਰੇ ਨੇ ਤੁਹਾਨੂੰ ਬਾਬੇ ਨੇ ਦਿੱਤਾ ਹੈ ਤੁਸੀਂ ਕਿਸੇ ਵਿਧਵਾ ਦੀ ਘਰ ਰਾਸ਼ਨ ਪਾਤਾ ਆਖੋ ਉਹਦੇ ਘਰ ਰਾਸ਼ਨ ਹੀ ਹੈਗਾ ਮੰਗਦੀ ਰੱਬ ਕੋਲੋਂ ਪਈਏ ਪਾ ਤੁਸੀਂ ਦਿੱਤਾ ਉਹਦੇ ਵਾਸਤੇ ਤੇ ਤੁਸੀਂ ਰੱਬ ਦੇ ਬੰਦੇ ਹੋਏ ਨਾ ਆਖੋ ਸਾਰੇ ਆਖੋ ਜੀ ਗੱਲ ਨੂੰ ਸਮਝਣਾ ਇਹ ਦੂਜੀ ਨਿਸ਼ਾਨੀ ਜਿਹਨੂੰ ਗੁਰੂ ਕਰੇ ਨਾ ਲਾਂਗਾ ਨੂੰ ਦੇਣ ਵਾਲਾ ਬਣਾ ਦਿੰਦਾ ਜੇ ਆਖੋ ਸਾਰੇ ਆਖੋ ਜੀ ਕਿਉਂਕਿ ਮੈਨੂੰ ਯਾਦ ਅਸੀਂ ਪੂਨੇ ਕੀਰਤਨ ਕਰ ਗਏ ਬੰਬੇ ਦੇ ਨਾਲ ਜਿਹੜਾ ਸ਼ਹਿਰ ਪੂਨਾ ਉੱਥੇ ਮੈਂ ਜੀ ਜਦੋਂ ਅਨਾਊਂਸਮੈਂਟ ਕੀਤੀ ਨਾ ਵੀ ਮਾਇਆ ਤੁਹਾਡੀ ਹਸਪਤਾਲ 'ਚ ਜਾਂਦੀ ਹੈ ਤੇ ਆਪਣੇ ਹੋਸਪਿਟਲ 'ਚ ਨਾ ਅੱਖਾਂ ਦੇ ਪੇਸ਼ੈਂਟ ਹੀ ਹੁੰਦੇ ਜਿਹੜਾ ਪੇਸ਼ ਬਾਹਰ 70-80 ਹਜ਼ਾਰ ਦਾ ਹੁੰਦਾ ਤੇ ਕਮਾਈ ਸਾਰੀ ਕੱਢ ਕੇ ਕੇਵਲ ਕੋਸਟ 18-20 ਹਜ਼ਾਰ ਦਾ ਪੇਸ਼ ਹੋ ਜਾਂਦਾ ਉਹ ਤਾਂ 4 ਹਜ਼ਾਰ ਤੋਂ ਸ਼ੁਰੂ ਹੋ ਜਾਂਦੇ ਪਰ ਸਭ ਤੋਂ ਵਧੀਆ ਜਿਹੜਾ 18-20 ਹਜ਼ਾਰ ਦਾ ਹੁੰਦਾ ਬਾਹਰ 70-80 ਹਜ਼ਾਰ ਦਾ ਤੇ ਕਈ ਐਸੇ ਪਰਿਵਾਰ ਹੁੰਦੇ ਜੋ 17-18 ਹਜ਼ਾਰ ਵੀ ਨਹੀਂ ਹੁੰਦਾ 4 ਹਜ਼ਾਰ ਵੀ ਨਹੀਂ ਹੁੰਦਾ ਤੇ ਮੇਰੇ ਕੋਲ ਇੱਕ ਤੁਹਾਡੇ ਦਾ ਕੋਈ ਸੱਜਣ ਆ ਗਏ ਜਦੋਂ ਮੈਂ ਕੀਰਤਨ ਦਾ ਭੋਗ ਪਾਇਆ ਉਹ ਕਹਿੰਦਾ ਜੀ ਇਹ 2 ਲੱਖ ਰੁਪਈਆ ਅੱਖਾਂ ਦੇ ਪੇਸ਼ ਵਾਸਤੇ ਮੈਂ ਕਿਹਾ ਕਿਸ ਤਰ੍ਹਾਂ ਕਹਿੰਦਾ ਅਗਲੇ ਮਹੀਨੇ ਮੇਰੇ ਬੱਚੇ ਦਾ ਬਰਥਡੇ ਹੈ ਤੇ ਮੈਂ ਸੋਚਿਆ ਕਿਤੇ ਵੀ ਪਾਰਟੀ ਕਰਾਂਗਾ ਆਖੋ ਬੱਚੇ ਦਾ ਬਰਥਡੇ ਮਨਾਵਾਂਗਾ ਕਿਸੇ ਵੀ ਹੋਟਲ ਜਾਂ ਰੈਸਟੋਰੈਂਟ 'ਚ ਪਾਰਟੀ ਕਰਾਂਗਾ ਲੱਖ 2 ਲੱਖ ਐਵੇਂ ਹੀ ਲੱਗ ਜਾਣਾ ਤੇ ਐਵੇਂ ਪਾਰਟੀ ਦੇਣ ਨਾਲੋਂ ਜੇ 10 ਆਪਰੇਸ਼ਨ ਮੇਰੇ ਬੱਚੇ ਦੀ ਅਸੀਸਾਂ ਭੇਜਣਗੇ ਤੇ 10 ਆਪਰੇਸ਼ਨ ਮੇਰੇ ਵੱਲੋਂ ਹੋ ਜਾਣਗੇ ਕਿਸੇ ਗਰੀਬ ਦੇ 10-11-12 ਤੇ ਮੇਰੇ ਬੱਚੇ ਨੂੰ ਅਸੀਸਾਂ ਮਿਲ ਜਾਣਗੀਆਂ ਮੈਂ ਚਾਹੁੰਦਾ ਮੇਰੇ ਬੱਚੇ ਨੂੰ ਜਨਮ ਦਿਨ ਤੇ ਸੰਗਤ ਦੀਆਂ ਅਸੀਸਾਂ ਮਿਲ ਜਾਣ ਆਖੋ ਸਾਰੇ ਆਖੋ ਜੀ ਜਦੋਂ ਉਹਨੇ ਆਹ ਗੱਲ ਕਹੀ ਨਾ ਵੀ ਇਹ ਮੇਰੀ ਮਾਇਆ ਨਾਲ ਤੁਸੀਂ ਜਨਮ ਦੇ ਬੱਚਿਆਂ ਦੇ ਅੱਖਾਂ ਦੇ ਆਪਰੇਸ਼ਨ ਕਰਾ ਦੇਣਾ ਮੈਂ ਉਸ ਵੇਲੇ ਹੈਰਾਨ ਮੈਂ ਕਿਹਾ ਆਹ ਰੂਹਾਂ ਆਉਂਦੀਆਂ ਜਿਹਨੂੰ ਗੁਰੂ ਨੇ ਗੱਲ ਨਾਲ ਲਾਇਆ ਹੁੰਦਾ ਆਖੋ ਸਾਰੇ ਆਖੋ ਜੀ ਲੈ ਕੇ ਕੁਛ ਨਹੀਂ ਦੇ ਕੇ ਕੁਛ ਕਿਸੇ ਦਾ ਭਲਾ ਹੋ ਜੇ ਇੱਕ ਜ਼ਿਕਰ ਕਰਕੇ ਮੈਂ ਸਮਾਪਤੀ ਕਰਾਂ ਗੁਰੂ ਨਾਨਕ ਸਾਹਿਬ ਕਰਤਾਰਪੁਰ ਸਾਹਿਬ ਕੀ ਦਾ ਸਮਾਂ ਤੁਹਾਨੂੰ ਸਾਰਿਆਂ ਨੂੰ ਪਤਾ 17-18 ਸਾਲ ਗੁਰੂ ਨਾਨਕ ਮਹਾਰਾਜ ਜੀ ਕਰਤਾਰਪੁਰ ਦੇ ਇੱਕ ਦਿਨ ਸ਼ਾਮ ਨੂੰ ਲੰਘਦੇ ਪਏ ਕੀ ਵੇਖਦੇ ਨੇ ਗੁਰੂ ਨਾਨਕ ਸਾਹਿਬ ਮਰਦਾਨਾ ਨਾਲ ਇੱਕ ਬੰਦਾ ਨਾ ਚੋਰੀ ਚੋਰੀ ਵਾਟੀਆਂ ਦੇ ਦਿਨ ਚੱਲਦੇ ਸਨ ਜਦੋਂ ਪੈਰ ਤੇ ਕਣਕ ਵੱਟੀ ਹੁੰਦੀ ਇਹਨਾਂ ਦੇ ਉਹ ਢਾਣੀਆਂ ਲਾ ਦਿੰਦੇ ਨੇ ਫਸਲ ਵੱਢ ਕੇ ਇਹਦੇ ਢੇਰੀਆਂ ਲੱਗੀਆਂ ਹੁੰਦੀਆਂ ਇੱਕ ਪੈਰੀ ਦੀ ਕਣਕ ਵੱਡੀ ਸੀ ਵੱਡੀ ਢੇਰੀ ਸੀ ਦੂਜੀ ਪੈਰੀ ਦੀ ਛੋਟੀ ਢੇਰੀ ਸੀ ਇੱਕ ਬੰਦਾ ਚੋਰੀ ਚੋਰੀ ਵੱਡੀ ਢੇਰੀ ਜੋ ਕਣਕ ਟੋਕਰੀ ਚ ਪਾ ਕੇ ਨਾ ਤੇ ਛੋਟੀ ਢੇਰੀ ਚ ਪਾਉਂਦਾ ਪਿਆ ਆਉਂਦਾ ਇਸ ਤਰ੍ਹਾਂ ਪਿਆ ਵੀ ਕੋਈ ਵੇਖ ਨਾ ਲਵੇ ਗੁਰੂ ਨਾਨਕ ਦੇ ਅੰਦਰ ਜਾਮੀ ਸੀ ਸਾਨੂੰ ਸਮਝਾਉਣਾ ਸੀ ਮਹਾਰਾਜ ਕਹਿੰਦੇ ਮਰਦਾਨਿਆਂ ਉਹ ਵੇਖ ਉਹਨੂੰ ਫੜ ਕੇ ਲਿਆ ਚੋਰੀ ਕਰਨ ਦੇ ਹੈ ਹੁਣ ਗੌਰ ਕਰਿਓ ਭਾਈ ਮਰਦਾਨਾ ਜੀ ਗਏ ਉਹ ਬੰਦੇ ਨੂੰ ਲੈ ਕੇ ਆਏ ਉਹਨੂੰ ਕਹਿੰਦੇ ਵੀ ਤੈਨੂੰ ਗੁਰੂ ਨਾਨਕ ਸਾਹਿਬ ਨੇ ਬੁਲਾਇਆ ਜਦੋਂ ਗੁਰੂ ਨਾਨਕ ਸਾਹਿਬ ਜੀ ਕੋਲ ਆਏ ਤੇ ਮਹਾਰਾਜ ਕਹਿੰਦੇ ਪੁਰਖਾ ਚੋਰੀ ਕਰ ਰਿਹਾ ਸੀ ਉਹ ਕਹਿੰਦਾ ਨਹੀਂ ਪਾਤਸ਼ਾਹ ਚੋਰੀ ਨਹੀਂ ਸੀ ਕਰ ਰਿਹਾ ਵੱਡੀ ਢੇਰੀ ਤੇ ਮੇਰੀ ਹੈ ਤੇ ਮਹਾਰਾਜ ਕਹਿੰਦੇ ਫਿਰ ਵੱਡੀ ਢੇਰੀ ਚੋਂ ਕਰਨ ਕੱਢ ਕੇ ਛੋਟੀ ਦੀ ਕਿਉਂ ਮੰਨਾ ਪਿਆ ਸਰ ਕਹਿੰਦਾ ਜੀ ਛੋਟੀ ਢੇਰੀ ਮੇਰੇ ਵੱਡੇ ਭਰਾ ਦੀ ਮਹਾਰਾਜ ਕਹਿੰਦੇ ਫਿਰ ਉਹਦੀ ਢੇਰੀ ਕਿਉਂ ਮੰਨਾ ਪਿਆ ਸਰ ਕਹਿੰਦਾ ਜੀ ਗੱਲ ਇਹ ਹੈ ਵੀ ਜਦੋਂ ਸਾਡੀ ਵੰਡ ਹੋਈ ਸੀ ਨਾ ਵੰਡ ਜਦੋਂ ਭਾਈ ਕੀ ਉਹਨੂੰ ਕਹਿੰਦੇ ਬਟਵਾਰਾ ਕੀਤਾ ਜਾਂਦਾ ਕਹਿੰਦੇ ਜਦੋਂ ਸਾਡੇ ਘਰ ਜ਼ਮੀਨਾਂ ਦਾ ਬਟਵਾਰਾ ਹੋਇਆ ਤੇ ਮੇਰੇ ਭਰਾ ਦਾ ਕਰਜ਼ਾ ਬੜਾ ਸੀ ਮੈਂ ਕਰਜ਼ਾ ਲਾਇਆ ਤੇ ਜਦੋਂ ਕਰਜ਼ਾ ਲਾਇਆ ਤੇ ਹੁਣ ਐਕਚੁਅਲੀ ਵੀ ਉਹਦਾ ਕਰਜ਼ੇ 'ਚ ਮਾਇਆ ਚਲੀ ਗਈ ਫਿਰ ਉਹ ਜ਼ਮੀਨ ਉਹਦੇ ਹਿੱਸੇ ਘੱਟ ਆਈ ਮੇਰੇ ਹਿੱਸੇ ਜ਼ਮੀਨ ਜ਼ਿਆਦਾ ਆਈ
ਤੇ ਹੁਣ ਮੇਰਾ ਭਰਾ ਪੂਰਾ ਸੁਣਿਆ ਤੇ ਜ਼ਮੀਨ ਘੱਟ ਹੋਵੇ ਫਸਲ ਘੱਟ ਹੋਵੇ ਮੇਰੀ ਜ਼ਮੀਨ ਜ਼ਿਆਦਾ ਮੇਰੀ ਫਸਲ ਜ਼ਿਆਦਾ ਹੁੰਦੀ ਏ ਮੈਨੂੰ ਨਿਰੰਕਾਰ ਨੇ ਅਮੀਰੀ ਦਿੱਤੀ ਉਹ ਪੂਰਾ ਸੁਣਿਆ ਤੇ ਜੇ ਮੈਂ ਉਹਨੂੰ ਕਹਿੰਦਾ ਵਾ ਤੂੰ ਮੇਰੇ ਕੋਲ ਮਦਦ ਲੈ ਲੈ ਤੇ ਉਹ ਲੈਂਦਾ ਨੀ ਵੀ ਮੈਂ ਛੋਟਾ ਵਾਂ ਤੇ ਉਹ ਵੱਡਾ ਕੋਈ ਇੱਕੋ ਆਉਂਦੀ ਹੈ ਵੀ ਉਹ ਨਹੀਂ ਲੈਂਦਾ ਤੇ ਅੱਜ ਉਹ ਸ਼ਹਿਰ ਨੂੰ ਬਾਹਰ ਗਿਆ ਹੋਇਆ ਤੇ ਮੈਂ ਸੋਚਦਾ ਵਾਂ ਵੀ ਆਪਣੀ ਢੇਰੀ ਚੋਂ ਕਣਕ ਕੱਢ ਕੇ ਉਹਦੀ ਢੇਰੀ ਚ ਪਾ ਦੇਵਾਂ ਕਿਸੇ ਤਰੀਕੇ ਵੱਡੇ ਭਰਾ ਦੀ ਹੈਲਪ ਕਰਦੇ ਆ ਆਹੋ ਸਾਰੇ ਆਖੋ ਜੀ ਗੁਰੂ ਨਾਨਕ ਕਹਿੰਦੇ ਧੰਨ ਸਿੱਖੀ ਆ ਸਿੱਖੀਏ ਵੀ ਭਰਾ ਮੰਨੇ ਗਿਆ ਦੂਜੇ ਸ਼ਹਿਰ ਗਿਆ ਤੇ ਚੋਰੀ ਚੋਰੀ ਆਪਣੀ ਕਣਕ ਉਹਦੀ ਢੇਰੀ ਚ ਪਾ ਰਿਹਾ ਵੀ ਕਿਸੇ ਤਰੀਕੇ ਭਰਾ ਦੀ ਮਦਦ ਹੋ ਜਾਵੇ ਦੋ ਦਿਨ ਬੀਤੇ ਹੁਣ ਦੋ ਦਿਨ ਬਾਅਦ ਦੁਬਾਰਾ ਉਧਰੋਂ ਲੰਘਦੇ ਪਏ ਨੇ ਤੇ ਸੰਗਤ ਜੀ ਸੇਮ ਸੀਨ ਹੈ ਪਰ ਬੰਦਾ ਬਦਲਿਆ ਪਿਆ ਅੱਜ ਭਰਾ ਦੂਜਾ ਹੈ ਉਹ ਛੋਟੀ ਢੇਰੀ ਚੋਂ ਕਣਕ ਕੱਢ ਕੇ ਨਾ ਤੇ ਵੱਡੀ ਢੇਰੀ ਚ ਪਾਉਂਦਾ ਪਿਆ ਤੇ ਲੁੱਕ ਲੁੱਕ ਕੇ ਪਾਉਂਦਾ ਪਿਆ ਵੀ ਵੇਖ ਨਾ ਕਰੀ ਗੁਰੂ ਨਾਨਕ ਕਹਿੰਦੇ ਮਰਦਾਨੇ ਹੋ ਵੇਖ ਇਹਨੂੰ ਬੁਲਾ ਕੇ ਲਿਆ ਜਦੋਂ ਦੂਜੇ ਭਰਾ ਨੂੰ ਬੁਲਾਇਆ ਮਹਾਰਾਜ ਨੇ ਚੋਰੀ ਕਰ ਰਿਹਾ ਸੀ ਉਹ ਕਹਿੰਦਾ ਨਹੀਂ ਮਹਾਰਾਜ ਮੈਂ ਚੋਰੀ ਨਹੀਂ ਕਰ ਰਿਹਾ ਮਹਾਰਾਜ ਕਹਿੰਦੇ ਮੈਂ ਤੂੰ ਆਹ ਛੋਟੀ ਢੇਰੀ ਤੋਂ ਤੈਨੂੰ ਵੱਡੀ ਢੇਰੀ ਕਿਉਂ ਪਾਉਣਾ ਮੈਂ ਕਹਿੰਦਾ ਕਿ ਛੋਟੀ ਢੇਰੀ ਦਾ ਮਾਲਕ ਮੈਂ ਵਾਂ ਵੱਡੀ ਢੇਰੀ ਦਾ ਮਾਲਕ ਮੇਰਾ ਨਿੱਕਾ ਭਰਾ ਹੈ ਮਹਾਰਾਜ ਕਹਿੰਦੇ ਅਸੀਂ ਤਾਂ ਸੁਣਿਆ ਉਹ ਸ਼ੌਕਾ ਹੀ ਰੱਖਦਾ ਤੂੰ ਤੇਰੀ ਜ਼ਮੀਨ ਕਰਕੇ ਤੂੰ ਪੂਰਾ ਸੁਣਿਆ ਕਹਿੰਦਾ ਜੀ ਤੁਸੀਂ ਬਿਲਕੁਲ ਠੀਕ ਸੁਣਿਆ ਮਹਾਰਾਜ ਕਹਿੰਦੇ ਕਿ ਉਹ ਕੀ ਸ਼ੌਕਾ ਹੈ ਪਰ ਆਪਣੀ ਢੇਰੀ ਤੋਂ ਤੈਨੂੰ ਕੱਢ ਕੇ ਉਹਨੂੰ ਕਿਉਂ ਬੰਨਣਾ ਪਿਆ ਤੇ ਹੁਣ ਸੁਣਿਓ ਵੱਡਾ ਭਰਾ ਕੀ ਕਹਿੰਦਾ ਕਹਿੰਦਾ ਮਹਾਰਾਜ ਤੁਸੀਂ ਸਾਰਾ ਦਿਨ ਠੀਕ ਸੁਣਿਆ ਮੈਂ ਪੂਰਾ ਸੁਣਿਆ ਵਾ ਉਹ ਸ਼ੌਕਾ ਹੀ ਰੱਖਦਾ ਪਰ ਮਹਾਰਾਜ ਮੇਰੇ ਮਾਪੇ ਉਹਦੇ ਨਾਲ ਰਹਿੰਦੇ ਹੈ ਆਖੋ ਮਾਤਾ ਪਿਤਾ ਮੰਮੀ ਡੈਡੀ ਉਹਦੇ ਨਾਲ ਰਹਿੰਦੇ ਹੈ ਤੇ ਜਿਹਦੇ ਨਾਲ ਮਾਪੇ ਰਹਿੰਦੇ ਆ ਆਇਆ ਗਿਆ ਰਿਸ਼ਤੇਦਾਰ ਬਰਾਦਰੀ ਉਹਦੇ ਘਰ ਟੁੱਕਦੀ ਏ ਉਹ ਲੈਣ ਦੇਣ ਬਣਤਰ ਵਿਹਾਰ ਸਾਰਾ ਉਹ ਨਿੱਕਾ ਕਰਦਾ ਇਸ ਕਰਕੇ ਭਾਵੇਂ ਉਹ ਸ਼ੌਕਾ ਹੈ ਪਰ ਉਹਦਾ ਖਰਚਾ ਜ਼ਿਆਦਾ ਹੈਗਾ ਆਖੋ ਮੈਂ ਉਹਨੂੰ ਕਹਿੰਦਾ ਵਾ ਬਰਾਦਰੀ ਦਾ ਲੈਣ ਦੇਣ ਬਣਤਰ ਵਿਹਾਰ ਤੂੰ ਕਰਦਾ ਤੂੰ ਮੇਰੇ ਕੋਲੋਂ ਮਦਦ ਲੈ ਲੈ ਤੇ ਕਿਉਂਕਿ ਮੈਂ ਅੱਗੇ ਹੀ ਪੂਰਾ ਸੁਣਾ ਉਹ ਸ਼ੌਕਾ ਹੀ ਰੱਖਦਾ ਮੇਰੇ ਕੋਲ ਮਦਦ ਲੈਂਦਾ ਨੀ ਇਸ ਕਰਕੇ ਅੱਜ ਉਹ ਸ਼ਹਿਰ ਨੂੰ ਬਾਹਰ ਗਿਆ ਤੇ ਮੈਂ ਸੋਚੇ ਆਪਣੀ ਢੇਰੀ ਚੋਂ ਕਣਕ ਕੱਢ ਕੇ ਉਹਦੀ ਢੇਰੀ ਚ ਪਾ ਦੇਵਾਂ ਕਿਸੇ ਤਰੀਕੇ ਵੱਡੇ ਭਰਾ ਦੀ ਮਦਦ ਕਰਦੇ ਆ ਆਖੋ ਲਓ ਜਕਾਰਾ ਲਓ ਸੰਗਤ ਜੀ ਦਾ ਬੋਲੇ ਗੁਰੂ ਨਾਨਕ ਪਸੰਦ ਹੋਏ ਤੇ ਫਿਰ ਬਚਨ ਤੇ ਧੰਨ ਸਿੱਖੀ ਧੰਨ ਸਿੱਖੀ ਕਿਉਂਕਿ ਸਿੱਖੀ ਇਹੀ ਸਿਖਾਉਂਦੀ ਹੈ ਦੇ ਕੇ ਖੁਸ਼ ਹੋ ਆਖੋ ਸਿੱਖੀ ਇਹੀ ਸਿਖਾਉਂਦੀ ਹੈ ਜਿਹਨੂੰ ਗੁਰੂ ਕਰੇ ਨਾ ਲਾ ਦੇਵੇ ਉਹਨੂੰ ਦੇਣ ਵਾਲਾ ਬਣਾ ਦਿੰਦਾ ਉਹਦਾ ਇਹ ਸੁਭਾਅ ਖਤਮ ਹੋ ਜਾਂਦਾ ਵੀ ਦੂਜੇ ਦੇ ਮੂੰਹ ਚੋਂ ਕੱਢ ਕੇ ਆਪਣੇ ਢਿੱਡ ਚ ਪਾਵਾਂ ਉਹਦਾ ਸੁਭਾਅ ਬਣ ਜਾਂਦਾ ਵੀ ਦੂਜੇ ਨੂੰ ਦੇ ਕੇ ਖੁਸ਼ ਹੋਣਾ ਆਖੋ ਹੁਣ ਮਹਾਰਾਜ ਜੀ ਮਿਹਰ ਕਰਨ ਅਸੀਂ ਸਮਾਪਤੀ ਕਰਾਂਗੇ ਉਹਨੇ ਗਲੇ ਨਾਲ ਲਾਇਆ ਕਿ ਨਹੀਂ ਲਾਇਆ ਇਹ ਦੋਨੋਂ ਦਾਤਾਂ ਦੋ ਨਿਸ਼ਾਨੀਆਂ ਸਾਂਝੀਆਂ ਹੋਈਆਂ ਨੇ ਇਹ ਆਪਣੇ ਅੰਦਰ ਜ਼ਰੂਰ ਵਿਚਾਰਿਓ ਜੇ ਤੇ ਤੁਹਾਡੇ ਤੇ ਕਿਰਪਾ ਕਿਉਂਕਿ ਬਹੁਤਿਆਂ ਦੀ ਕਿਰਪਾ ਹੁੰਦੀ ਹੈ ਤੇ ਜੇ ਕਿਰਪਾ ਤੇ ਮਹਾਰਾਜ ਦਾ ਸ਼ੁਕਰਾਨਾ ਕਰੀਏ ਜੇ ਨਹੀਂ ਕਿਰਪਾ ਤੇ ਤਰਲਾ ਪਾਓ ਤੇ ਸੱਚੇ ਪਾਤਸ਼ਾਹ ਮੇਰੀ ਝੋਲੀ ਚ ਵੀ ਨਿਮਰਤਾ ਦੀ ਦਾਤ ਪਾਓ ਮੈਨੂੰ ਵੀ ਦੇਣ ਵਾਲਾ ਬਣਾਓ ਮੇਰਾ ਸੁਭਾਅ ਵੀ ਲੈਣ ਵਾਲਾ ਮੰਗਣ ਵਾਲਾ ਬਣ ਜਾਏ ਇਹ ਅਰਦਾਸ ਕਰੀਏ ਆਓ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਾਂਗੇ ਕੋਈ ਰਸਨਾ ਖਾਲੀ ਨਾ ਰਹੇ ਬਾਕੀ ਜਿੰਨੀ ਮਾਇਆ ਸੰਗਤ ਵੱਲੋਂ ਕੀਰਤਨ ਦੇ ਸਤਿਕਾਰ ਵਜੋਂ ਹਾਜ਼ਰ ਹੋਈ ਹੈ ਪਰਿਵਾਰ ਵੱਲੋਂ ਇਹ ਤੁਹਾਡੀ ਸਾਰੀ ਮਾਇਆ ਦਾ ਇੱਕ ਇੱਕ ਪੈਸਾ ਜਿਵੇਂ ਸਾਰੇ ਗ੍ਰਾਮ ਦੇ ਕੁਝ ਮੈਂਬਰ ਨਵੇਂ ਆਏ ਹੁੰਦੇ ਹੈ ਬਾਬੇ ਨਾਨਕ ਦੀ ਕਿਰਪਾ ਸਾਡੇ ਮਹਾਂਪੁਰਸ਼ ਭਾਈ ਸਾਹਿਬ ਭਾਈ ਗੁਰੂ ਇਕਬਾਲ ਸਿੰਘ ਜੀ ਬੀਬੀ ਕੋਲਾਣੀ ਵਾਲੇ ਉਹਨਾਂ ਦੇ ਉਦਮ ਨਾਲ ਸਾਧ ਸੰਗਤ ਜੀ ਇਹ ਸਾਰੀ ਮਾਇਆ ਤੁਹਾਡੀ ਦਿੱਤੀ ਬਾਬੇ ਨਾਨਕ ਦੀ ਕਿਰਪਾ ਦੇ ਸਾਥ ਅੰਮ੍ਰਿਤਸਰ ਨੇ ਬੀਬੀ ਕੋਲਾ ਦੀ ਭਲਾਈ ਕੇਂਦਰ ਚੱਲ ਰਿਹਾ 3000 ਵਿਧਵਾ ਬੀਬੀਆਂ ਰਾਸ਼ਨ ਲੈਂਦੀ ਹੈ 19 ਸ਼ਹਿਰੋਂ ਗਏ ਅੰਮ੍ਰਿਤਸਰ ਨੇ 3000 ਬੇਵਾਏ ਔਰਤੇ ਰਾਸ਼ਨ ਦਿੱਤੀ ਹੈ ਔਰ ਅੰਮ੍ਰਿਤਸਰ ਕੇ ਬਾਹਰ 19 ਸ਼ਹਿਰੋਂ ਮੇਂ ਭਲਾਈ ਕੇਂਦਰ ਚੱਲ ਰਹੇ ਹੈ 8-9 ਹਜ਼ਾਰ ਵਿਧਵਾ ਬੀਬੀਆਂ ਵਾਂਗ ਰਾਸ਼ਨ ਲੈਂਦੀ ਹੈ ਸੰਗਤ ਜੀ
ਔਰ ਇਸ ਦੇ ਇਲਾਵਾ ਤੀਨ ਹਸਪੀਟਲ ਤੀਨ ਸਕੂਲ ਤਿੰਨ ਸਰਾਵਾਂ ਔਰ ਤੀਨ ਗੁਰਦੁਆਰੋਂ ਕੀ ਕਾਰ ਸੇਵਾ ਚੱਲ ਰਹੀ ਹੈ ਗੁਰੂ ਸਾਹਿਬ ਬਾਬਾ ਦੀਪ ਸਿੰਘ ਜੀ ਕੇ ਜਨਮ ਸਥਾਨ ਕੀ ਉਹਨਾਂ ਸਾਹਿਬ ਭਾਈ ਤਾਰੂ ਸਿੰਘ ਜੀ ਕੇ ਜਨਮ ਸਥਾਨ ਕੀ ਔਰ ਬੀਬੀ ਵੀਰੋ ਜੀ ਕਾ ਗੁਰਦੁਆਰਾ ਹੈ ਜਹਾਂ ਪੇ ਛੇਵੇਂ ਪਾਤਸ਼ਾਹ ਜੀ ਨੇ ਬੱਚੇ ਵੀਰੋ ਕੀ ਲਾਵਾਂ ਕੀ ਥੀ ਵਹਾਂ ਕੀ ਸੇਵਾ ਚੱਲ ਰਹੀ ਹੈ ਔਰ ਇਸ ਕੇ ਇਲਾਵਾ ਜੈਸੇ ਮੈਨੇ ਰਾਤ ਕੋ ਵੀ ਬਤਾਇਆ ਥਾ ਦੋ ਸੇਵਾਏ ਨਵੀਂ ਸ਼ੁਰੂ ਹੋਈ ਹੈ ਇੱਕ ਤੋਂ ਮਾਤਾ ਕੋਲਾ ਜੀ ਜਿਹੜਾ ਹੋਸਪਿਟਲ ਚੱਲ ਰਿਹਾ ਹੈ ਵਹਾਂ ਪੇ ਹਮਾਰੀ ਸਿਟੀ ਸਕੈਨ ਮਸ਼ੀਨ ਲਗਾਈ ਗਈ ਹੈ ਜੋ ਇਲਾਜ ਬਾਹਰ 25,000 ਦਾ ਹੁੰਦਾ ਨਾ ਆਪਣੇ ਹੋਸਪਿਟਲ ਨੇ ਕੇਵਲ 2100 ਰੁਪਏ ਨੇ ਦੋ ਸਾਲ ਪਹਿਲੇ ਦੋ ਮਹੀਨੇ ਪਹਿਲੇ ਜੇ ਨਵੀਂ ਸੇਵਾ ਸ਼ੁਰੂ ਹੋਈ ਹੈ ਆਪ ਸਾਰੀ ਸੰਗਤ ਨੇ ਯਹਾਂ ਸੇ ਉਗਰਾਹੀ ਕਰਕੇ ਜਸਵਿੰਦਰ ਭਾਜੀ ਨੇ ਉਪਰਾਲਾ ਕੀਆ ਥਾ ਜਸਪ੍ਰੀਤ ਵੀਰ ਜੀ ਨੇ ਵਹਾਂ ਪੇ ਆਪਣੇ ਸੇਵਾ ਭੇਜੀ ਵੀ ਸੀ ਜਬ ਹਮਨੇ ਮਸ਼ੀਨ ਪਰਚੇਸ ਕਰਨੀ ਥੀ ਅਬ ਉਹ ਮਸ਼ੀਨ ਸੇਵਾ ਚੱਲ ਰਹੀ ਹੈ 1100 ਰੁਪਏ ਮੇਂ ਸਿਟੀ ਸਕੈਨ ਔਰ 2100 ਰੁਪਏ ਮੇਂ MRI ਕੀ ਸੇਵਾ ਹੋਤੀ ਹੈ ਔਰ ਸੰਗਤ ਜੀ ਇਸਕੇ ਇਲਾਵਾ ਇੱਕ ਨਈ ਸੇਵਾ ਬਾਬਾ ਦੀਪ ਸਿੰਘ ਜੀ ਕੇ ਸਥਾਨ ਮੇਂ ਜੋ ਹਰ ਹਫਤੇ ਚੁਪਹਿਰੇ ਹੋਤੇ ਹੈ ਆਪਕੋ ਬਤਾਇਆ ਥਾ 3-4 ਲੱਖ ਦਾ ਇਕੱਠ ਸੰਗਤਾਂ ਬੈਠ ਕੇ ਨਾਮ ਜਪਦੀ ਹੈ ਹਰ ਐਤਵਾਰ ਲੰਗਰ ਪਕਾ ਕੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਕੇ ਸਥਾਨ ਤੇ ਭੇਜਿਆ ਜਾਂਦਾ ਹੈ ਕਿਉਂਕਿ ਜਦੋਂ 4 ਵਜੇ ਭੋਗ ਪੈਂਦਾ ਹੈ ਉਦੋਂ ਸੰਗਤ ਨੂੰ ਕਾਹਲ ਹੁੰਦੀ ਹੈ ਕਿ ਆਪਾਂ ਫਟਾਫਟ ਘਰ ਕਰੇ ਜਾਈਏ ਵੀ ਤੇ ਜਾਮ 'ਚ ਫਸ ਜਾਵਾਂਗੇ ਸੰਗਤ ਲੰਗਰ ਖਾਣੇ ਜਾਂਦੀ ਨਹੀਂ ਹੈ ਇਸ ਲਈ ਹਮਨੇ ਇਹ ਉਪਰਾਲਾ ਕੀਆ ਕਿ ਪੈਕਿੰਗ ਕਰਕੇ ਨਾ ਡੱਬੋ ਮੇਂ ਰਾਜਮਾ ਰਾਈਸ ਕਰੀ ਰਾਈਸ ਜਾਂ ਐਸੇ ਪੰਜਾਬ ਦੇ ਪਦਾਰਥ ਇੱਕ ਸਬਜ਼ੀ ਇੱਕ ਪ੍ਰਸ਼ਾਦੇ ਉਹ ਡੱਬੋ ਮੇਂ ਭਰ ਕੇ ਉਹ ਸਭ ਸੰਗਤ ਕੋ ਉਸੀ ਸਮੇਂ ਦੀਏ ਜਾਂਦੇ ਹੈ ਇਹ ਸਾਰੀ ਮਾਇਆ ਜੋ ਆਪਣੇ ਹਾਜ਼ਰੀ ਦੀਏ ਉਹ ਇਨ ਕਾਰਿਓ ਨੇ ਬਤੀਤ ਕੀ ਜਾਂਦੀ ਹੈ ਅਗਰ ਕਿਸੇ ਦੇ ਸੰਬੰਧ ਦੇ ਕੇ ਆਪ ਰਸੀਦ ਵੀ ਪ੍ਰਾਪਤ ਕਰ ਸਕਦੇ ਹੋ ਮਾਇਆ ਕੀ ਹਾਜ਼ਰੀ ਲਵਾ ਕੇ ਰਸੀਦ ਲੈ ਲਈ ਹੋ ਆਪ ਰਸੀਦ ਵੀ ਲੈ ਸਕਦੇ ਹੋ ਆਓ ਅਬ ਸਮਾਪਤੀ ਕਰੇਂਗੇ ਇਹ ਸ਼ਾਮ ਦਾ ਦੀਵਾਨ ਬਾਕੀ ਹੈ ਸਾਰੀ ਸੰਗਤ ਨੂੰ ਬੇਨਤੀ ਹੈ ਸ਼ਾਮ ਦੇ ਦੀਵਾਨ ਮੇਂ ਵੀ ਹਾਜ਼ਰੀ ਲਗਾਣਾ ਆਓ ਹਨਾ ਪਹਿਲੇ ਭਗਤੀਆਂ ਪੜ੍ਹੇਂਗੇ ਫਿਰ ਨਾਲ ਸਾਥੀ ਕੇ ਪਾਠ ਪੜ੍ਹੇਂਗੇ ਕਬ ਦਲਾ Thank you.
ਆਪਣੇ ਦਰੋਂ ਤੋਂ ਖਜ਼ਾਨਿਆਂ ਦੇ ਬੂਹੇ ਖੋਲ ਕੇ ਇਸ ਪਰਿਵਾਰ ਨੂੰ ਸਾਰੀ ਸੰਗਤ ਨੂੰ ਆਪਣੇ ਗਲ ਨਾਲ ਲਾਉਣ ਦੀ ਕਿਰਪਾ ਕਰਨ ਝੋਲੀਆਂ ਭਰਨ ਤੇ ਸੰਗਤ ਦੀ ਧੂਣੀ ਸਤਿਕਾਰ ਸਾਡੀ ਗਰੀਬਾਂ ਦੀ ਵੀ ਝੋਲੀ ਵਿੱਚ ਦਾਤ ਪਾ ਦੇਣੇ ਇਹ ਮਹਿੰਗੀਆਂ ਦਾਤਾਂ ਨੇ ਨਿਮਰਤਾ ਬੜੀ ਮਹਿੰਗੀ ਦਾਤ ਹੈ ਕਿਸੇ ਨੂੰ ਦੇਖ ਕੇ ਖੁਸ਼ ਹੋਣਾ ਇਹ ਬੜਾ ਮਹਿੰਗਾ ਸੁੱਧ ਹੈ ਇਹ ਜ਼ਰੂਰ ਅੱਲਾ ਪਾਓ ਸੱਚੇ ਪਾਤਸ਼ਾਹ ਸਾਨੂੰ ਇਹਨਾਂ ਦਾਤਾਂ ਨਾਲ ਨਿਵਾਜਣ ਇੰਨੀ ਸੇਵਾ ਪ੍ਰਵਾਨ ਕਰਨੀ